ਸ਼ਮਾਦਾਨ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾਨੇ ਵਾਲੀ ਅਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਕੰਨੀ ਪਿਆ ਮੇਰੀ ਸਤਿ ਸ੍ਰੀ ਅਕਾਲ ਖੁਸ਼ਾਮਦੀਦ ਜੀ। ਪ੍ਰੋਗਰਾਮ ਨੂੰ ਅੱਗੇ ਤੋਰਦੇ ਹੋਏ ਆਪਾਂ ਇੱਕ ਵਾਰ ਚੱਲਦੇ ਹਾਂ ਬਟਾਲਾ, ਜਿੱਥੇ ਸਾਡੇ ਨਾਲ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਇਸ ਵਕਤ ਸਾਡੇ ਨਾਲ ਜੁੜ ਗਏ ਨੇ। ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ। ਗੁਰਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਅੱਜ ਹਿੰਸਾ ਵੱਡੇ ਪੱਧਰ ਦੇ ਉੱਤੇ ਹੋਈ ਹੈ, ਉਹਦੇ ਬਾਰੇ ਆਪ ਦੇਖੋ। ਜਿਹੜਾ ਗੁਰਦਾਸਪੁਰ ਸੈਂਟਰਲ ਜੇਲ੍ਹ ਚ ਮਾਰਨਿੰਗ ਚ ਜਿਹੜੀ ਹੰਗਾਮਾ ਹੋਇਆ, ਇੱਕ ਇਹ ਜੇ ਮੈਂ ਪਿਛਲੇ ਸਮੇਂ ਦੀ ਗੱਲ ਕਰਾਂ ਤਾਂ ਪਿਛਲੇ ਸਮੇਂ ਦੇ ਵਿੱਚ ਦੂਸਰੀ ਵਾਰ ਦਾ ਇਹ ਮੌਕਾ ਜਦੋਂ ਇਹ ਇਸ ਤਰ੍ਹਾਂ ਦਾ ਹੰਗਾਮਾ ਹੋਇਆ, ਲੇਕਿਨ ਅੱਜ ਜਿਹੜਾ ਗੁਰਦਾਸਪੁਰ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਮੌਕੇ ਤੇ ਕਾਬੂ ਪਾ ਲਿਆ ਗਿਆ ਜੀ। 2-3 ਘੰਟੇ ਲੱਗੇ ਸਾਰੇ ਐਪੀਸੋਡ ਨੂੰ ਕਾਬੂ ਪਾਉਣ ਚ, ਲੇਕਿਨ ਇਹਦਾ ਜਿਹੜਾ ਹੰਗਾਮੇ ਦਾ ਜਿਹੜਾ ਰੋਸ ਜਿਹੜਾ ਕਹਿ ਸਕਦੇ, ਜਿਹੜੇ ਕੈਦੀਆਂ ਵੱਲੋਂ ਰੋਸ ਅੱਜ ਜਤਾਇਆ ਗਿਆ ਸੀ, ਰੋਸ ਪਿਛਲੇ ਜਦੋਂ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣਾ ਚਾਰਜ ਸੰਭਾਲਿਆ, ਉਹ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ। ਇਹ ਉਹਦਾ ਕਾਰਨ ਮੁੱਖ ਤੌਰ ਤੇ ਇਹ ਸੀ ਕਿ ਸੁਖਜਿੰਦਰ ਰੰਧਾਵਾ ਨੇ ਸਟ੍ਰਿਕਟਲੀ ਇਹ ਗੱਲ ਕਹੀ ਸੀ ਕਿ ਮੈਨੂੰ ਇੱਕ ਜੇਲ੍ਹ ਦੇ ਵਿੱਚੋਂ ਵਧਾਈ ਦਾ ਫੋਨ ਆਇਆ ਜੀ, ਤੇ ਉਹ ਵਧਾਈ ਦਾ ਫੋਨ, ਖੈਰ ਰੰਧਾਵਾ ਨੇ ਇਹ ਗੱਲ ਤੇ ਹਜੇ ਤੱਕ ਨੀ ਕੀਤੀ ਕਿ ਕਿਹੜੀ ਜੇਲ੍ਹ ਚੋਂ ਤੇ ਕਿਸਨੇ ਕੀਤਾ, ਲੇਕਿਨ ਉਹਨਾਂ ਦੀ ਇਹ ਗੱਲ ਤੋਂ ਸਾਹਮਣੇ ਸੀ ਕਿ ਜੇਲ੍ਹਾਂ ਦੇ ਵਿੱਚ ਫੋਨ ਆਪਰੇਟ ਹੋ ਰਹੇ ਨੇ, ਫੇਸਬੁੱਕਾਂ ਆਪਰੇਟ ਹੋ ਰਹੀਆਂ, ਗੈਂਗਸਟਰ ਸਾਰਾ ਆਪਣਾ ਅੰਦਰੋਂ ਗੋਰਖ ਦਿੰਦਾ ਜਿਹੜਾ ਚਲਾ ਰਿਹਾ, ਸਾਰਾ ਜੇਲ੍ਹ ਚ ਬਹਿ ਕੇ ਚਲਾ ਰਹੇ, ਤੇ ਉਸ ਤੇ ਸਖ਼ਤੀ ਕਰਨੀ ਸ਼ੁਰੂ ਕੀਤੀ। ਦਾ ਅੱਜ ਤੋਂ 10-15 ਦਿਨ ਪਹਿਲੇ ਦੀ ਜਦੋਂ ਉਹਦੀ ਚਾਰਜ ਸੰਭਾਲਿਆ, ਉਸ ਤੋਂ ਬਾਅਦ ਜਿਹੜਾ ਪਹਿਲਾ ਰੇਡ ਹੋਇਆ ਸੀ ਗੁਰਦਾਸਪੁਰ ਜੇਲ੍ਹ ਚ SSP ਗੁਰਦਾਸਪੁਰ ਵੱਲੋਂ, ਤਾਂ 9 ਮੋਬਾਈਲ ਬਰਾਮਦ ਹੋਏ। ਉਸ ਤੋਂ ਬਾਅਦ ਰਾਤੋ ਰਾਤ ਹੀ ਉਸ ਜੇਲ੍ਹ ਦੇ ਸੁਪਰੀਡੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ, ਮੁਅੱਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਜਦੋਂ ਨਵੇਂ ਜੇਲ੍ਹ ਸੁਪਰੀਡੈਂਟ ਨੇ ਚਾਰਜ ਸੰਭਾਲਿਆ, ਤਾਂ ਜਦੋਂ ਉਹਨਾਂ ਨੇ ਆ ਕੇ 2 ਦਿਨ ਬਾਅਦ ਫੇਰ ਚੈਕਿੰਗ ਕੀਤੀ, ਤਾਂ ਫੇਰ 6 ਮੋਬਾਈਲ ਮਿਲ ਗਏ। ਮਤਲਬ 15 ਦਿਨ ਚ ਤੀਸਰਾ ਅੱਜ ਇੰਸੀਡੈਂਟ ਹੋਇਆ ਕਿ ਅੱਜ ਵੀ ਇੱਕ ਰੂਟੀਨ ਚੈਕਿੰਗ ਜਿਹੜੀ ਮਾਰਨਿੰਗ ਚ ਹੁੰਦੀ ਹੈ ਕਿ ਜਦੋਂ ਇੱਕ ਗਿਣਤੀ ਹੁੰਦੀ ਹੈ ਪੂਰੇ ਕੈਦੀਆਂ ਦੀ, ਰਾਤ ਵੇਲੇ ਵੀ ਹੁੰਦੀ ਹੈ ਤੇ ਮਾਰਨਿੰਗ ਚ ਵੀ ਹੁੰਦੀ ਹੈ, ਸਾਰੇ ਕੈਦੀਆਂ ਦੀ ਗਿਣਤੀ ਹੁੰਦੀ ਹੈ। ਉਹ ਰੂਟੀਨ ਚੈਕਿੰਗ ਦੇ ਦੌਰਾਨ ਉਹਨਾਂ ਨੇ ਜਦੋਂ ਬੈਰਕਾਂ ਚੈੱਕ ਕੀਤੀਆਂ, ਤਾਂ 8 ਨੰਬਰ ਬੈਰਕ ਚੋਂ 3 ਮੋਬਾਈਲ ਬਰਾਮਦ ਹੋਏ ਜੀ। ਉਸ ਤੋਂ ਬਾਅਦ ਰੋਸ ਕੈਦੀਆਂ ਦਾ ਸ਼ੁਰੂ ਹੋਇਆ, ਤੇ ਰੋਸ ਇੰਨਾ ਜ਼ਿਆਦਾ ਇੱਕ ਰੂਪ ਧਾਰਨ ਕਰ ਗਿਆ, ਉਗਰ ਰੂਪ ਧਾਰਨ ਕਰ ਗਿਆ। ਉਹਦਾ ਕਾਰਨ ਇਹ ਦੇਖਣ ਨੂੰ ਮਿਲਿਆ ਕਿ ਕੈਦੀ ਸਰੇਆਮ ਛੱਤ ਦੇ ਉੱਤੇ ਦੇਖਣ ਨੂੰ ਮਿਲੇ, ਉੱਤੇ ਚੜ ਗਏ। ਇਹ ਕਿੱਦਾਂ ਚੜੇ? ਇਹਦਾ ਜਿਹੜਾ ਜੇਲ੍ਹ ਪ੍ਰਸ਼ਾਸਨ ਬੜਾ ਸੌਖੇ ਜਿਹੇ ਤਰੀਕੇ ਨਾਲ, ਇੱਕ ਜੇਲ੍ਹ ਜਿਹੜੇ ਅਧਿਕਾਰੀ ਨੇ ਉਹ ਬੜੇ ਸੌਖੇ ਤਰੀਕੇ ਨਾਲ ਇੱਕ ਸਪਸ਼ਟੀਕਰਨ ਦੇ ਰਹੇ ਨੇ ਕਿ ਇਹ ਸੈਕਿੰਡ ਫਲੋਰ ਆ, ਤਾਂ ਸੈਕਿੰਡ ਫਲੋਰ ਤੇ ਕੈਦੀ ਜਾ ਸਕਦੇ ਨੇ, ਕੋਈ ਵੱਡੀ ਗੱਲ ਜੀ। ਲੇਕਿਨ ਛੱਤ ਦਾ ਬੂਹਾ ਕਿੱਦਾਂ ਖੁੱਲਾ, ਜਾਂ ਉਹ ਕੰਧ ਇੱਕ ਟੁੱਟੀ ਹੋਈ ਹੈ, ਉਹ ਕੰਧ ਉਹਨਾਂ ਨੇ ਤੋੜੀ ਹੈ ਜਾਂ ਪਹਿਲੇ ਦੀ ਟੁੱਟੀ, ਇਹਦੇ ਬਾਰੇ ਵੀ ਕੋਈ ਖੁਲਾਸਾ ਨਹੀਂ ਕੀਤਾ ਜਾ ਰਿਹਾ। ਮਤਲਬ ਇਹ ਅੰਗੈਲੀ ਸਾਹਮਣੇ ਨਜ਼ਰ ਆਈ ਹੈ। ਦੂਸਰੀ ਗੱਲ ਇਹ ਵੀ ਖਾਸ ਆਈ ਹੈ ਕਿ ਠੀਕ ਆ, ਜੇਲ੍ਹ ਦੇ ਵਿੱਚ ਸਖ਼ਤੀ ਹੋਣੀ ਜਾਇਜ਼ ਆ, ਜੇਲ੍ਹ ਚੋਂ ਮੋਬਾਈਲ ਜਿਹੜੇ ਆ ਉਹ ਨਹੀਂ ਚੱਲਣੇ ਚਾਹੀਦੇ, ਜੇਲ੍ਹ ਚ ਨਸ਼ੀਲਾ ਪਦਾਰਥ ਮਿਲਦਾ ਅਕਸਰ ਹੀ ਇਹ ਦੇਖਣ ਨੂੰ ਮਿਲਿਆ, ਇੱਕ ਅੱਜ ਜੇਲ੍ਹ ਦੇ ਵਿੱਚੋਂ ਸੁਪਰੀਡੈਂਟ ਦੇ ਅਲਮਾਰੀ ਦੇ ਵਿੱਚੋਂ ਜੇ ਮੋਬਾਈਲ ਸਿਮਾਂ ਮਿਲ ਸਕਦੀਆਂ ਤੇ ਬੀੜੀਆਂ ਦੇ ਬੰਡਲ ਮਿਲ ਸਕਦੇ, ਤੇ ਬੜੀ ਹੈਰਾਨਗੀ ਦੀ ਗੱਲ ਹੈ ਕਿ ਜੇਲ੍ਹ ਪ੍ਰਸ਼ਾਸਨ ਦੇ ਪਿੱਛੇ, ਇਹਦੇ ਪਿੱਛੇ ਜੇਲ੍ਹ ਪ੍ਰਸ਼ਾਸਨ ਕਿਤੇ ਨਾ ਕਿਤੇ ਮਤਲਬ ਲਾਪਰਵਾਹੀ ਵੀ ਹੈ ਤੇ ਨਾਲ ਇਨਵੋਲਵ ਵੀ ਹੈ ਸਾਰੇ ਧੰਦੇ ਦੇ ਵਿੱਚ। ਸੋ ਇਹਦੇ ਵਿੱਚ ਦਾਨੀਅਲ ਸਾਹਿਬ ਇਹ ਗੱਲ ਹੈਗੀ ਹੈ ਕਿ ਇਹਨਾਂ ਕੋਲ ਫਿਲਹਾਲ ਜੇਲ੍ਹ ਦੇ ਵਿੱਚ ਸਟਾਫ ਹੀ ਨਹੀਂ ਹੈ, ਅੱਜ ਵੀ ਇਹ ਗੱਲ ਸਾਹਮਣੇ ਆਈ ਕਿ ਕਾਬੂ ਪਾਉਣ ਲਈ ਸਟਾਫ ਹੀ ਨਹੀਂ ਸੀਗਾ। ਇੱਕ ਵੱਡੀ ਚੁਣੌਤੀ ਬਣ ਗਈ ਹੈ ਵੈਸੇ ਆਪਾਂ ਗੱਲ ਕਰੀਏ ਤਾਂ ਜੇਲ੍ਹ ਦੇ ਸਟਾਫ ਦੀ ਕਮੀ ਜਿਹੜੀ। ਦੇਖੋ ਜੇਲ੍ਹ ਮੰਤਰੀ ਦੀ ਗੱਲ ਕਰਾਂ ਮੈਂ, ਸੁਖਜਿੰਦਰ ਸਿੰਘ ਰੰਧਾਵਾ ਬਹੁਤ ਸੂਝਵਾਨ ਨੇਤਾ ਨੇ, ਬੜੀ ਆਪਣੇ ਵਰਡਸ ਦੇ ਉੱਤੇ ਖੜੇ ਹੋਣ ਵਾਲੇ ਲੀਡਰ ਨੇ, ਪਿਛਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਗੱਲਾਂ ਸਾਹਮਣੇ ਆਈਆਂ ਉਹ ਆਪਣੀ ਵਰਡਸ ਦੇ ਉੱਤੇ ਖੜੇ ਨੇ, ਲੇਕਿਨ
ਗੱਲ ਵਰਡ ਦੇ ਉੱਤੇ ਮੰਤਰੀ ਦੇ ਬਿਆਨਾਂ ਦੇ ਨਾਲ ਪੂਰੀ ਨਹੀਂ ਹੋ ਜਾਂਦੀ, ਗੱਲ ਉੱਥੇ ਆ ਜਾਂਦੀ ਹੈ ਕਿ ਪ੍ਰੈਕਟੀਕਲੀ ਤੁਸੀਂ ਉਹਨੂੰ ਕਿੱਦਾਂ ਇੰਪਲੀਮੈਂਟ ਕਰੋਗੇ ਆਰਡਰਸ ਨੂੰ ਜੀ। ਜੇਲ੍ਹ ਦੇ ਵਿੱਚ ਸਟਾਫ ਤੇ ਹੈ ਨੀ, ਅੱਜ ਵੀ ਜੇ ਗੁਰਦਾਸਪੁਰ ਜੇਲ੍ਹ ਜਿਹੜੀ ਉਹਨਾਂ ਦੇ ਆਪਣੇ ਜ਼ਿਲ੍ਹੇ ਦੀ ਜੇਲ੍ਹ ਜਿਸ ਹਲਕੇ ਨੂੰ ਬਿਲੋਂਗ ਕਰਦੇ, ਡੇਰਾ ਬਾਬਾ ਨਾਨਕ ਜਿਸ ਹਲਕੇ ਤੋਂ ਉਹ ਬਿਲੋਂਗ ਕਰਦੇ ਨੇ, ਸਰਹੱਦੀ ਜੇਲ੍ਹ ਹੈ ਸਰਹੱਦੀ ਕਸਬੇ ਦੀ, ਮੇਨ ਗੱਲ ਇਹ ਹੈ ਕਿ ਇਸ ਜੇਲ੍ਹ ਨੂੰ ਬੜਾ ਲਾਈਮਲਾਈਟ ਚ ਰਹੀ ਹੈ ਪਿਛਲੇ ਸਮਿਆਂ ਦੇ ਵਿੱਚ, ਕਿਉਂਕਿ ਇੱਥੇ ਕਾਫੀ ਵੱਡੇ ਵੱਡੇ ਗੈਂਗਸਟਰਸ ਵੀ ਬੀ ਕੈਟਾਗਰੀ ਸੀ ਕੈਟਾਗਰੀ ਦੇ ਅੱਜ ਵੀ ਗੈਂਗਸਟਰਸ ਅੰਦਰ ਨੇ ਇਸ ਜੇਲ੍ਹ ਦੇ ਵਿੱਚ ਕਾਫੀ ਤਾਦਾਦ ਦੇ ਵਿੱਚ, ਇੰਨੀ ਸਮਰਥਾ ਵੀ ਨਹੀਂ ਹੈ ਜੇਲ੍ਹ ਦੀ ਜਿੰਨੇ ਕੈਦੀ ਅੰਦਰ ਹੈਗੇ ਜੀ। ਤੇ ਇਹ ਸਾਰਿਆਂ ਦੇ ਚੱਲਦੇ ਅੱਜ ਜਦੋਂ ਇਹ ਸਥਿਤੀ ਬਣੀ ਤਾਂ ਗੁਰਦਾਸਪੁਰ ਪੁਲਿਸ ਦੀ ਮਦਦ ਲੈਣੀ ਪਈ, 3 ਘੰਟੇ ਦਾ ਟਾਈਮ ਲਾਉਣ ਤੋਂ ਬਾਅਦ ਇਹ ਕਾਬੂ ਚ ਆਈ ਸਥਿਤੀ। ਉਹ ਵੀ ਇਹ ਕਹਿਣਾ ਕਿ ਉਹਨਾਂ ਨੂੰ ਸ਼ਾਂਤ ਕੀਤਾ ਗਿਆ, ਇਹ ਨੀ ਕਹਿ ਰਹੇ ਪ੍ਰਸ਼ਾਸਨਿਕ ਅਧਿਕਾਰੀ ਕਿ ਉਹਨਾਂ ਨੂੰ ਕਾਬੂ ਕੀਤਾ ਗਿਆ, ਬਲਕਿ ਉਹਨਾਂ ਨੂੰ ਸ਼ਾਂਤ ਕੀਤਾ ਗਿਆ, ਮਤਲਬ ਕਿ ਅਖੀਰ ਉਹ ਹੀ 3 ਘੰਟੇ ਬਾਅਦ ਚੁੱਪ ਕਰਕੇ ਬਹਿ ਗਏ ਕੈਦੀ ਤੇ ਫੇਰ ਠੱਲ ਪੈ ਗਈ। ਜੇ ਉਹ ਨਾ ਬਹਿੰਦੇ, ਜਿਹੜੀਆਂ ਪਾਈਪਾਂ ਜਿੱਦਾਂ ਉਹ ਵੀਡੀਓ ਸਾਹਮਣੇ ਆਈਆਂ ਕਿ ਉਹਨਾਂ ਦੇ ਹੱਥ ਚ ਲੋਹੇ ਦੀਆਂ ਰੋਡਸ ਨੇ, ਉਹਨਾਂ ਦੇ ਹੱਥ ਚ ਇੱਟਾਂ ਨੇ, ਉਸ ਜਿਹੜੀ ਕੰਪਲੈਕਸ ਦੇ ਵਿੱਚ ਪਹੁੰਚੇ ਉੱਥੇ ਇੱਟਾਂ ਨੇ, ਕੁਛ ਵੀ ਕੋਈ ਵੀ ਮਤਲਬ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ, ਅੰਦਰੋਂ ਕਿਤੇ ਕਦੀ ਵੀ ਕੋਈ ਭੱਜ ਕੇ ਜਾ ਸਕਦਾ, ਉੱਥੇ ਕੋਈ ਇੰਨੀ ਵੱਡੀ ਗੱਲ ਨਹੀਂ ਹੈ ਸਾਹਮਣੇ ਆਈ। ਜੇਲ੍ਹ ਤੋੜਨ ਦੀ ਮਤਲਬ ਅੱਜ ਕੋਈ ਵੱਡੀ ਗੱਲ ਨਹੀਂ ਸੀ ਕਿ ਉਹ ਜੇਲ੍ਹ ਤੋੜ ਕੇ ਭੱਜ ਵੀ ਸਕਦੇ, ਇੱਥੋਂ ਤੱਕ ਕਿ ਜੇਲ੍ਹ ਇੰਪਲੋਇਜ਼ ਦੇ ਉੱਤੇ ਵੀ ਜਿਹੜੇ ਅੰਦਰ ਗਾਰਡ ਆ ਉਹਦੇ ਉੱਤੇ ਵੀ ਹਮਲਾ ਕਰ ਸਕਦੇ, ਜਿਹੜੇ ਆਪਾਂ ਨੂੰ ਕੈਮਰੇਜ਼ ਵੱਲ ਇਸ਼ਾਰਾ ਕਰ ਕਰਕੇ ਇੱਟਾਂ ਦਿਖਾ ਰਹੇ ਜਾਂ ਪਾਈਪਾਂ ਦਾ ਦਿਖਾ ਰਹੇ, ਲੋਹੇ ਦੀਆਂ ਰੋਡ ਫੜ ਕੇ, ਤੇ ਉਹ ਅੰਦਰ ਵੀ ਤੇ ਕਰ ਸਕਦੇ ਸੀ ਹੰਗਾਮਾ। ਇਹ ਕਹਿ ਸਕਦੇ ਕਿ ਕੈਦੀ ਆਪਣੇ 3 ਘੰਟੇ ਦੀ ਜਿਹੜੀ ਰੋਜ਼ ਸੀ ਉਹ ਕਰਕੇ, 3 ਘੰਟੇ ਆਪਾਂ ਸਿੱਧੇ ਤੌਰ ਤੇ ਕਹਿੰਦੇ 3 ਘੰਟੇ ਜਿਹੜਾ ਉਹਨਾਂ ਨੇ ਜੇਲ੍ਹ ਦਾ ਸਾਰਾ ਆਪਦਾ ਕੰਟਰੋਲ ਆਪਦੇ ਕੋਲੇ ਕਰ ਲਿਆ 3 ਘੰਟੇ ਲਈ। ਬਿਲਕੁਲ ਕੋਈ ਦੋ ਰਾਏ ਨਹੀਂ ਇਹਦੇ ਵਿੱਚ, ਇੱਥੋਂ ਤੱਕ ਕਿ ਇਹ ਵੀ ਗੱਲ ਸਾਹਮਣੇ ਆਈ ਕਿ ਅੰਦਰ ਉਹਨਾਂ ਨੇ ਜਿਹੜੀਆਂ ਬੈਠਕਾਂ ਉਹਦੇ ਅੰਦਰ ਅੱਗ ਵੀ ਲਾਈ ਹੈ, ਲੇਕਿਨ ਇਸ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਇਸ ਚੀਜ਼ ਦੇ ਉੱਤੇ, ਉਹ ਨਹੀਂ ਮੰਨ ਰਹੀ ਅਧਿਕਾਰੀ ਕਹਿੰਦੇ ਕਿ ਇੱਦਾਂ ਦੀ ਕੋਈ ਅੱਗ ਜਣੀ ਵਾਲੀ ਕੋਈ ਘਟਨਾ ਨਹੀਂ ਹੋਈ ਅੰਦਰ, ਲੇਕਿਨ ਇਹ ਗੱਲ ਸਾਹਮਣੇ ਆਈ ਸੀ ਕਿ ਉੱਥੇ ਅੱਗ ਲਾਈ ਗਈ ਅੰਦਰ ਬੈਠਕਾਂ ਦੇ ਵਿੱਚ। ਸੋ ਇਹ ਬੜੀ ਹੈਰਾਨਗੀ, ਇਹ ਮੇਰੇ ਖਿਆਲ 1 ਸਾਲ ਦੇ ਵਿੱਚ ਲਗਭਗ ਦੂਜੀ ਘਟਨਾ ਹੋ ਗਈ ਹੈ। ਪਿਛਲੀ ਵਾਰੀ ਵੀ ਜਿਹੜੀ ਹੈ ਇਹ ਘਟਨਾ ਵਾਪਰੀ ਸੀਗੀ ਇਸੇ ਜੇਲ੍ਹ ਦੇ ਵਿੱਚ ਤੋੜ ਭੰਨ ਦੀ। ਦੇਖੋ ਉਦੋਂ ਇੰਨੀ ਪੋਜੀਸ਼ਨ ਖਰਾਬ ਹੋ ਚੁੱਕੀ ਸੀ ਕਿ ਗੁਰਦਾਸਪੁਰ ਪੁਲਿਸ ਡਿਸਟ੍ਰਿਕਟ ਦੀ ਪੂਰੀ ਪੁਲਿਸ ਫੋਰਸ ਹੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਐਂਟਰ ਕਰਨੀ ਪਈ ਸੀ, ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੀ ਅਧਿਕਾਰੀ ਵੀ ਜ਼ਖਮੀ ਹੋਏ ਸੀ, ਜੇਲ੍ਹ ਦੇ ਵਿੱਚ ਕੈਦੀ ਵੀ ਜ਼ਖਮੀ ਹੋਏ ਸੀ। ਉਹ ਉਹ ਜਿਹੜੀ ਮੌਕਾ ਸੀ ਉਹ ਅੱਜ ਬਿਲਕੁਲ ਉਹੀ ਸੀਨ ਬਣਨ ਜਾ ਰਿਹਾ, ਲੇਕਿਨ ਮੈਂ ਇਹ ਕਹਾਂਗਾ ਕਿ ਇਹ ਜੋ ਵਰਸ਼ਨ ਸਾਹਮਣੇ ਆਇਆ, ਜੋ ਜੇਲ੍ਹ ਅਧਿਕਾਰੀਆਂ ਦਾ ਵਰਸ਼ਨ ਸਾਹਮਣੇ ਆਇਆ ਜਦੋਂ ਜੇਲ੍ਹ ਦੇ ਵਿੱਚ ਜਦੋਂ ਸਥਿਤੀ ਕਹਿ ਦਈਏ ਕਾਬੂ ਹੋਏ ਹੇਠ ਹੋਈ ਤੇ ਜਦ ਬਾਹਰ ਆ ਕੇ ਮੀਡੀਆ ਨਾਲ ਗੱਲ ਕੀਤੀ ਉਹਨਾਂ ਨੇ, ਤਾਂ ਉਹਨਾਂ ਦਾ ਇਹੋ ਹੀ ਕਹਿਣਾ ਸੀ ਕਿ ਜਿਹੜਾ ਉਹਨਾਂ ਦਾ ਰੋਜ਼ ਸੀ ਉਹ ਕੁਛ ਅੰਦਰ ਇੰਪਲੋਇਜ਼ ਦੇ ਖਿਲਾਫ ਸੀ, ਤੇ ਦੂਸਰੀ ਗੱਲ ਉਹਨਾਂ ਨੇ ਪ੍ਰੋਟੈਸਟ ਦੇ ਰੂਪ ਦੇ ਵਿੱਚ ਰੋਡਸ ਹੋ ਸਕਦਾ ਉਹਨਾਂ ਦੇ ਆਪਣੇ ਹੱਥ ਵਿੱਚ ਫੜੀਆਂ ਹੋਣ, ਮਤਲਬ ਕਿ ਜੇਲ੍ਹ ਦੇ ਵਿੱਚ ਵੀ ਪ੍ਰੋਟੈਸਟ ਕਰਨੇ ਸ਼ੁਰੂ ਹੋ ਗਏ ਆ, ਮਤਲਬ ਇਹ ਕਹਿ ਸਕਦੇ ਕਿ ਜੇਲ੍ਹ ਦੇ ਵਿੱਚ ਜਿਹੜੀਆਂ ਕਰ ਸਕਦੇ ਨੇ ਪੁਰਾਣੀਆਂ ਐਸ਼ ਕੀਤੀ ਹੈ ਜਿਹੜੀ ਹੈਗੀ, ਪੁਰਾਣੀਆਂ ਆਦਤਾਂ ਪਈਆਂ, ਥੋੜੀ ਸਖਤੀ ਆਈ ਤਾਂ ਫਿਰ ਉਹਦਾ ਰਿਜੈਂਟਮੈਂਟ ਤਾਂ ਹੋਏਗੀ ਹੋਏਗੀ। ਹਾਂ ਰਿਜੈਂਟਮੈਂਟ ਆਣਾ, ਉਹ ਰਿਜੈਂਟਮੈਂਟ ਆ ਰਿਹਾ, ਰਿਜੈਂਟਮੈਂਟ ਆਏਗਾ ਵੀ, ਲੇਕਿਨ ਇਹ ਗੱਲ ਬਹੁਤ ਇੰਪੋਰਟੈਂਟ ਆ ਕਿ ਇਸ ਰਿਜੈਂਟਮੈਂਟ ਨੂੰ ਕਾਬੂ ਚ ਕਰਨ ਲਈ ਅੰਦਰ ਪਹਿਲੇ ਜੇਲ੍ਹ ਦੇ ਵਿੱਚ ਪੂਰੀ ਤਰ੍ਹਾਂ ਸਟਾਫ ਤੈਨਾਤ ਕੀਤਾ ਜਾਵੇ ਜੀ, ਤੇ ਖਾਸ ਕਰਕੇ ਉਹ ਸਟਾਫ ਤੈਨਾਤ ਕੀਤਾ ਜਾਵੇ ਕਿ ਜਿਹੜਾ ਕਮ ਸੇ ਕਮ ਅੰਦਰ ਜਿਹੜੀਆਂ ਚੀਜ਼ਾਂ ਪ੍ਰੋਵਾਈਡ ਹੋ ਰਹੀਆਂ ਜਾਂ ਜਿਹੜੀਆਂ ਚੀਜ਼ਾਂ ਅੰਦਰ ਲਗਾਤਾਰ ਮਿਲ ਰਹੀਆਂ, ਜਿੱਦਾਂ ਮੈਂ ਪਹਿਲੇ ਦੱਸਿਆ ਕਿ 15 ਦਿਨਾਂ ਦੇ ਵਿੱਚ 9 ਮੋਬਾਈਲ ਇੱਕ ਵਾਰ ਮਿਲਦੇ ਆ, 6 ਮੋਬਾਈਲ ਇੱਕ ਵਾਰ ਮਿਲਦੇ ਆ, ਇੱਕ ਜੇਲ੍ਹ ਸੁਪਰੀਡੈਂਟ ਸਪੈਂਡ ਕਰ ਦਿੱਤਾ ਜਾਂਦਾ ਤੇ ਅੱਜ ਫਿਰ ਕੌਣ ਜ਼ਿੰਮੇਵਾਰ ਆ 3 ਮੋਬਾਈਲ ਹੋਰ ਨਵੇਂ ਆ ਗਏ, ਇੱਕ ਇੰਪਲੋਏ ਦੇ ਖਿਲਾਫ਼ ਕੇਸ ਰਜਿਸਟਰਡ ਕੀਤਾ ਗਿਆ ਗੁਰਦਾਸਪੁਰ, ਹਾਂ ਵੀ ਉਹ ਬੰਦਾ ਨਾ ਬਦਲ ਕੇ ਉੱਥੇ ਜਾਂਦਾ ਉਹ ਸਪਲਾਈ ਕਰਦਾ ਤੇ
ਜੀ ਹਾਂਜੀ ਤੇ ਮਤਲਬ ਉਹ ਬੰਦੇ ਦੇ ਜਦ ਸਪਲਾਈ ਕਰਨ ਵਾਲਾ ਨੀ ਰਿਹਾ, ਜਦ ਪਹਿਲਾਂ ਜੇਲ੍ਹ ਸੁਪਰੀਟੈਂਡੈਂਟ ਨੀ ਰਿਹਾ, ਤਾਂ ਫਿਰ ਅੱਜ ਤਿੰਨ ਮੋਬਾਈਲ ਕਿੱਦਾਂ ਪਹੁੰਚ ਗਏ? ਇਹਦਾ ਮਤਲਬ ਕਿ ਹਜੇ ਵੀ ਜਿਹੜੇ ਕਈ ਉੱਥੇ ਤਾਰਾਂ ਜਿਹੜੀਆਂ ਜੁੜੀਆਂ ਬਾਹਰ ਦੇ ਨਾਲ, ਜਿਹੜਾ ਸਮਾਨ ਅੰਦਰ ਜਾ ਰਿਹਾ, ਤਾਂ ਮਤਲਬ ਉਹ ਓਪਨ ਹੋ ਚੁੱਕਾ ਇੱਥੋਂ ਸਾਫ਼ ਆ। ਬਾਕੀ ਬੜੀ ਚਰਚਾ ਚ ਹੈਗੀ ਤੁਹਾਡੀ ਗੁਰਦਾਸਪੁਰ ਜ਼ਿਲ੍ਹੇ ਦੀ ਖੰਡ ਮਿਲ ਵੀ, ਚੱਡਾ ਸ਼ੂਗਰ ਮਿਲ, ਬਹੁਤ ਨੁਕਸਾਨ ਕਰਤਾ ਸਾਰੀ ਦੁਨੀਆਂ ਦੇ ਵਿੱਚ ਤੋਹੇ ਤੋਹੇ ਹੋ ਗਈ ਹੈ ਇਸ ਮਾਮਲੇ ਨੂੰ ਲੈ ਕੇ, ਪੰਜਾਬ ਦੇ ਇਨਵਾਇਰਮੈਂਟ ਨੂੰ ਖਰਾਬ ਕਰਨ ਨੂੰ ਲੈ ਕੇ, ਪੰਜਾਬ ਦਾ ਅਕਸ ਬੜਾ ਖਰਾਬ ਹੋਇਆ, ਕੀ ਕੁਛ ਹੋਰ ਹੋਇਆ ਜੀ ਇਸ ਸਰਕਾਰ ਵੱਲੋਂ? ਦੇਖੋ 17 ਤਰੀਕ ਦਾ ਮਾਮਲਾ ਹੈ, ਅੱਜ 22 ਤਰੀਕ ਹੋ ਗਈ ਹੈ, 5 ਦਿਨ ਹੋ ਗਏ ਹੈ ਮਾਮਲੇ ਨੂੰ ਉਜਾਗਰ ਹੋਏ ਨੇ। ਖਾਸ ਗੱਲ ਇਹ ਦੇਖਣ ਨੂੰ ਮਿਲੀ ਕਿ ਇਹ ਮਾਮਲਾ ਸਾਹਮਣੇ ਲਿਆਂਦਾ ਲੋਕਾਂ ਨੇ, ਇੱਕ ਮੈਂ ਕਹਾਂਗਾ ਇਹਦੇ ਵਿੱਚ ਸਿਟੀਜ਼ਨ ਜਰਨਲਿਜ਼ਮ ਜ਼ਰੂਰ ਕੰਮ ਕੀਤਾ ਜੀ। ਅਕਸਰ ਹੀ ਦੇਖਣ ਨੂੰ ਮਿਲਦਾ ਕਿ ਜਰਨਲਿਸਟ ਕੋਈ ਮਾਮਲੇ ਨੂੰ ਸਾਹਮਣੇ ਲਿਆਂਦਾ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਕੋਈ ਕੰਪਲੇਂਟੈਂਟ ਹੁੰਦਾ, ਲੇਕਿਨ ਇਹਦੇ ਵਿੱਚ ਸਿਟੀਜ਼ਨ ਜਰਨਲਿਜ਼ਮ ਦੇਖਣ ਨੂੰ ਮਿਲਿਆ ਕਿ ਫੇਸਬੁੱਕ ਦੇ ਉੱਤੇ ਜਾਂ ਵਟਸਐਪ ਦੇ ਉੱਤੇ ਵਾਇਰਲ ਹੋਈਆਂ ਚੀਜ਼ਾਂ ਕਿ ਮੱਛੀਆਂ ਮੰਗਣੀਆਂ ਸ਼ੁਰੂ ਹੋ ਰਹੀਆਂ ਬਿਆਸ ਦਰਿਆ ਚ, ਚਾਹੇ ਉਹ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਹੋਇਆ, ਚਾਹੇ ਹਰੀਕੇ ਪੱਤਣ ਤੋਂ ਹੋਇਆ, ਮਤਲਬ ਏਰੀਏ ਦੇ ਵਿੱਚ ਇੱਕ ਦਿਨ 16 ਤਰੀਕ ਨੂੰ, 17 ਤਰੀਕ ਨੂੰ ਇਹ ਮੈਂਸ਼ਨ ਹੋਇਆ। ਇਹਦੇ ਵਿਦ ਇਨ ਟਾਈਮ ਪ੍ਰਸ਼ਾਸਨ ਵੀ ਹਰਕਤ ਚ ਆ ਗਿਆ, ਪੋਲਿਊਸ਼ਨ ਬੋਰਡ ਵੀ ਆ ਗਿਆ, ਜਨ ਵਿਭਾਗ ਵੀ, ਮਤਲਬ ਸਾਰੇ ਡਿਪਾਰਟਮੈਂਟ, ਮਤਲਬ ਇੱਕ ਵਾਰੀ ਸਰਕਾਰ ਹਿੱਲ ਗਈ ਕਿ ਕੀ ਕਾਰਨ ਹੈ, ਇਕਦਮ ਇਹ ਮੱਛੀਆਂ ਕਿਉਂ ਮਰੀਆਂ, ਫੇਸਬੁੱਕ ਤੇ ਸਾਰੇ ਸ਼ੇਅਰਿੰਗ ਹੋ ਰਹੀ ਜੀ। ਤਾਂ ਇਹ ਚੀਜ਼ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਉਸ ਤੋਂ ਬਾਅਦ ਪੋਲਿਊਸ਼ਨ ਡਿਪਾਰਟਮੈਂਟ ਦਾ ਰੋਲ ਜਿਹੜਾ ਮੇਜਰ ਮੰਨਿਆ ਗਿਆ ਸੀ, ਕਿ ਕਾਰਨ ਇਹ ਸੀ ਕਿ ਪੋਲਿਊਸ਼ਨ ਜਦੋਂ ਆਪਾਂ, ਮੈਂ ਖੁਦ ਸ਼ੂਗਰ ਮਿਲ ਚ ਪਹੁੰਚਿਆ 17 ਤਰੀਕ ਸ਼ਾਮ ਨੂੰ, ਤਾਂ ਖੁਦ ਪੋਲਿਊਸ਼ਨ ਬੋਰਡ ਦੇ ਐਕਸੀਅਨ ਬਲਵੰਤ ਸਿੰਘ ਜੋ ਬਟਾਲਾ ਦੇ ਵਿੱਚ ਆਫਿਸ ਓਪਰੇਟ ਕਰਦੇ, 2-3 ਡਿਸਟ੍ਰਿਕਟ ਉਹਨਾਂ ਕੋਲ ਆ, ਉਹਨਾਂ ਦਾ ਖੁਦ ਦਾ ਕਹਿਣਾ ਸੀ ਉੱਥੇ ਮੌਜੂਦ ਸੀ, ਉਹਨਾਂ ਦਾ ਸਟਾਫ ਮੌਜੂਦ ਸੀ, ਮਿਲ ਮਾਲਕ ਤੇ ਨਹੀਂ ਕਹਿ ਸਕਦੇ, ਮਿਲ ਦੇ ਜਿਹੜੇ ਗਰੁੱਪ ਪ੍ਰੈਜ਼ੀਡੈਂਟ ਉਹਨਾਂ ਦੇ ਇੰਪਲੋਇਜ਼ ਵੱਡੀ ਗਿਣਤੀ ਦੇ ਵਿੱਚ, ਉਹਨਾਂ ਦਾ ਕਹਿਣਾ ਸੀ ਕਿ ਆਪਾਂ ਵੱਲੋਂ ਕੰਪਲੇਂਟ 16 ਤਰੀਕ ਨੂੰ ਦੇ ਦਿੱਤੀ ਗਈ ਸੀ, ਸਾਡਾ ਸੀਰਾ ਜਿਹੜਾ ਉਹ ਆਪਣੇ ਪੌਂਡਸ ਦੇ ਵਿੱਚੋਂ, ਜਿਹੜਾ ਸਟੋਰੇਜ ਪੌਂਡਸ ਬਣਾਏ ਆ ਉਹਦੇ ਵਿੱਚੋਂ ਆਟੋ ਰਿਐਕਸ਼ਨ ਹੋਣ ਕਰਕੇ ਉਹ ਬਾਹਰ ਚਲਾ ਗਿਆ, ਜਿੱਥੇ ਸਾਡੇ ਆਪਣੇ ਕੰਪਲੈਕਸ ਦੇ ਵਿੱਚ ਫੈਲ ਗਿਆ ਉੱਥੇ ਉਹ ਬਾਹਰ ਵੀ ਚਲਾ ਗਿਆ, ਕਿਉਂਕਿ ਉਹਦੀ ਡਿਗਰੀ ਜਿਹੜੀ 90 ਡਿਗਰੀ ਟੈਂਪਰੇਚਰ ਦੇ ਵਿੱਚ ਸੀ ਜਦੋਂ ਆਟੋ ਰਿਐਕਸ਼ਨ ਹੋਇਆ, ਜਦੋਂ ਉਹਨੂੰ ਪੌਂਡਸ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ, ਉਦੋਂ ਬੋਇਲਿੰਗ ਪੁਆਇੰਟ ਤੇ ਉਤੋਂ ਬੋਇਲਿੰਗ ਤੇ ਉਹ 45 ਡਿਗਰੀ ਸੀ, ਲੇਕਿਨ ਆਟੋ ਰਿਐਕਸ਼ਨ ਨਾਲ 90 ਡਿਗਰੀ ਤੋਂ ਉੱਪਰ ਹੋ ਗਿਆ, ਜਿਹੜਾ ਕਿ ਮੈਨੁਅਲੀ ਉਹਨੂੰ ਕੰਟਰੋਲ ਨਹੀਂ ਸੀ ਕੀਤਾ ਜਾ ਸਕਦਾ ਇੰਨੇ ਟੈਂਪਰੇਚਰ ਵਿੱਚ, ਤੇ ਉਹ ਸੀਪ ਗਿਆ ਮਤਲਬ ਕਿ ਉਹ ਥੱਲੇ ਜ਼ਮੀਨ ਦੇ ਵਿੱਚ ਪਾੜਦਾ ਹੋਇਆ, ਮਤਲਬ ਨਾਲ ਵਗਦੇ ਡਰੇਨ ਦੇ ਵਿੱਚ ਗਿਆ, ਡਰੇਨ ਦੇ ਥਰੂ ਦਰਿਆ ਦੇ ਵਿੱਚ ਚਲਾ ਗਿਆ। ਇਹ ਗੱਲ ਉਦੋਂ ਵੀ, ਮਤਲਬ ਇੱਕ ਦਿਨ ਪਹਿਲੇ ਦੀ ਕੰਪਲੇਂਟ ਜਾਂ ਇੱਕ ਦਿਨ ਪਹਿਲੇ ਹੀ ਪੋਲਿਊਸ਼ਨ ਬੋਰਡ ਨੂੰ ਇਹ ਚੀਜ਼ ਦਾ ਇਨਫੋਰਮੇਸ਼ਨ ਮਿਲ ਚੁੱਕੀ ਸੀ, ਲੇਕਿਨ ਉਹਦੇ ਬਾਵਜੂਦ ਪੋਲਿਊਸ਼ਨ ਬੋਰਡ ਬਿਲਕੁਲ ਸ਼ਾਂਤ ਬੈਠਾ ਰਿਹਾ। ਅਗਲੇ ਦਿਨ ਪੋਲਿਊਸ਼ਨ ਬੋਰਡ ਜਦੋਂ ਇਹ ਸਾਰੀਆਂ ਮੱਛੀਆਂ ਮਰਨ ਦੀ ਘਟਨਾ ਸਾਹਮਣੇ ਆਈ ਤਾਂ ਪੋਲਿਊਸ਼ਨ ਬੋਰਡ ਵੀ ਹਰਕਤ ਚ ਆਇਆ, ਲੇਕਿਨ ਉਸ ਵੇਲੇ ਵੀ ਪੋਲਿਊਸ਼ਨ ਬੋਰਡ ਦਾ ਇਹੀ ਕਹਿਣਾ ਸੀ ਉਹਨਾਂ ਦੇ ਆਫਿਸਰਸ ਦਾ, ਇੱਥੋਂ ਤੱਕ ਕਿ SC ਵੀ ਉੱਥੇ ਮੌਜੂਦ ਸੀ, ਸਾਰੇ ਸੀਨੀਅਰ ਆਫਿਸਰ ਸੀ, OP ਸੋਨੀ ਹਰੀ ਬਿਆਸ ਦਰਿਆ ਬਿਆਸ ਦੇ ਵਿੱਚ ਬਿਆਸ ਲੱਗੇ ਹੀ ਵਾਪਸ ਮੁੜ ਗਏ, ਜਦਕਿ ਉਹਨਾਂ ਦੀ ਜਿਹੜੀ ਪਹੁੰਚਣ ਦੀ ਇਨਫੋਰਮੇਸ਼ਨ ਸੀ ਕਿ ਮਿਲ ਆ ਰਹੇ ਨੇ ਉਹ ਨਹੀਂ ਪਹੁੰਚੇ ਮਿਲ। ਦੇਖੋ ਉਸ ਵੇਲੇ ਤੱਕ ਪੋਲਿਊਸ਼ਨ ਬੋਰਡ ਕਹਿ ਰਿਹਾ ਕਿ ਇਹ ਜਿਹੜਾ ਸੀਰਾ ਹੈ ਇਹ ਪੋਇਜ਼ਨਸ ਨਹੀਂ ਹੈ, ਠੀਕ ਆ ਮੈਂ ਵੀ ਮੰਨਦਾ ਕਿ ਸੀਰਾ ਪੋਇਜ਼ਨਸ ਨਹੀਂ ਹੈ, ਲੇਕਿਨ ਉਹ ਕਹਿੰਦੇ ਸੀ ਕਿ ਸੀਰਾ ਪੋਇਜ਼ਨਸ ਨਹੀਂ ਹੈ, ਇਹ ਕਿੰਨੇ ਕੋਈ ਜ਼ਹਿਰ ਨਹੀਂ ਫੈਲਾਇਆ, ਪਾਣੀ ਵੀ ਦੂਸ਼ਿਤ ਨਹੀਂ ਕੀਤਾ, ਲੇਕਿਨ ਆਕਸੀਜਨ ਦੀ ਕਮੀ ਕਰ ਦਿੱਤੀ ਜਿਹਦੇ ਕਰਕੇ ਮੱਛੀਆਂ ਮਰ ਗਈਆਂ। ਮਤਲਬ ਮੈਂ ਕਹਾਂਗਾ ਕਿ ਸਿੱਧੇ ਤੌਰ ਤੇ ਨਾ ਸਿੱਧੇ ਤੌਰ ਤੇ
ਜਿਹੜੀ ਮਿੱਲ ਮਾਲਕ ਸੀ ਜਾਂ ਮਿੱਲ ਇੰਪਲੋਇਜ ਸੀ ਉਹਨਾਂ ਦਾ ਮਿੱਲ ਦਾ ਕਸੂਰ ਨਹੀਂ ਸੀ ਕੱਢ ਵੀ ਕਹਿਣ ਤੋਂ ਭਾਵ ਵੀ ਉਹਨਾਂ ਦੇ ਪੋਚਾ ਫੇਰ ਰਹੇ ਸੀ ਉਹਨਾਂ ਦੀ ਸਾਰੀਆਂ ਗਲਤੀਆਂ ਬਿਲਕੁਲ ਬਿਲਕੁਲ ਸਾਫ਼ ਤੌਰ ਤੇ ਜੋ ਕਿ ਸਾਹਮਣੇ ਜਿਹੜਾ ਸੀਨ ਨਜ਼ਰ ਆ ਰਿਹਾ ਠੀਕ ਹੈ ਸੀਰਾ ਮੈਨੂੰ ਵੀ ਨਜ਼ਰ ਆ ਰਿਹਾ ਕਿ ਇੱਕ ਕੈਟਲ ਫੀਡ ਦੇ ਤੌਰ ਤੇ ਵੀ ਯੂਜ਼ ਹੁੰਦਾ ਇੱਕ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸੀਰਾ ਉਹ ਗੁੜ ਲਿਕੁਇਡ ਗੋੜੀ ਕਹਿੰਦੇ ਆ ਆਪਾਂ ਪਿੰਡਾਂ ਦੀ ਮੂਲੀ ਕਹੀਏ ਤੇ ਗੋੜੀ ਆ ਉਹ ਤੇ ਲੇਕਿਨ ਉਹ ਸੀਰਾ ਜਦੋਂ ਟੈਂਪਰੇਚਰ 90 ਡਿਗਰੀ ਟੈਂਪਰੇਚਰ ਦੇ ਉੱਤੇ ਜੇ ਉਹ ਗਿਆ ਇਹਦਾ ਮਤਲਬ ਜਿਸ ਰਸਤੇ ਉਹ ਗਿਆ ਜਿਹੜੀ ਜਿਹੜਾ ਰਸਤਾ ਮੈਂ ਦੇਖਿਆ ਆਪਣੇ ਕਿ ਉਹ ਮਿੱਲ ਦੇ ਨਾਲ ਬਿਲਕੁਲ ਬਿਲਕੁਲ ਮਿੱਲ ਦੀ 40 ਫੁੱਟ ਉਚਾਈ ਦੇ ਥੱਲੇ ਇੱਕ ਡਰੇਨ ਵਗਦੀ ਹੈ ਮਿੱਲ ਦੀ ਬੈਕ ਸਾਈਡ ਤੋਂ। ਅੱਛਾ ਜੀ। ਉਹ ਸੀਰਾ ਉਹਦੇ ਵਿੱਚ ਚਲਾ ਕਿੱਦਾਂ ਗਿਆ? ਇਹ ਵੀ ਇੱਕ ਹੈਰਾਨਗੀ ਦੀ ਗੱਲ ਇਹ ਹੈ ਕਿ ਉਹ 40 ਫੁੱਟ ਥੱਲੇ ਕਿੱਦਾਂ ਚਲਾ ਗਿਆ? ਇਹਦਾ ਮਤਲਬ ਕਿ ਉੱਥੇ ਉਹ ਵੇ ਆਊਟ ਯੂਜ਼ ਕੀਤਾ ਜਾ ਰਿਹਾ ਸੀਗਾ, ਕੋਈ ਹਿਡਨ ਪਾਈਪਸ ਜਿਹੜੀਆਂ ਕੰਸੀਲਡ ਪਾਈਪਸ ਕੰਸੀਲਡ ਵੇ ਸੀਗਾ ਕੋਈ। ਹਾਂ ਬਿਲਕੁਲ ਬਿਲਕੁਲ ਉਹ ਕੰਸੀਲਡ ਵੇ ਵੱਲ ਮੂਵ ਕੀਤਾ ਗਿਆ ਉਹਨੂੰ ਜਾਂ ਉਹ ਆਟੋਮੈਟਿਕਲੀ ਪਹਿਲੇ ਸੀ ਤੇ ਇਹਦੇ ਵਿੱਚ ਕੀ ਸ਼ਿਓਰਟੀ ਹੈ ਕਿ ਉਹ ਸੀਰਾ ਹੀ ਸੀ ਜੀ? ਇਹ ਵੀ ਸ਼ਿਓਰਟੀ ਨਹੀਂ ਹਜੇ ਤੱਕ ਨਹੀਂ ਖੁਲਾਸਾ ਕੀਤਾ ਜਾ ਰਿਹਾ। ਖੁਲਾਸਾ ਹੋਇਆ? ਹਾਂ ਹਾਂ। ਉਹਦਾ ਖੁਲਾਸਾ ਕਿਵੇਂ ਹੋਏਗਾ? ਵੇਖੋ ਦਾਨੇਵਾਲ ਸਾਹਿਬ, ਖੁਲਾਸਾ ਨਹੀਂ ਹੋ ਸਕਦਾ। ਰੀਜ਼ਨ ਇਹ ਹੈ ਕਿ ਅਗਲੇ ਦਿਨ ਤੇ ਜਦੋਂ ਕਾਰਵਾਈ ਦੇ ਵਿੱਚ ਜਦੋਂ ਜੋਸ਼ ਵਿੱਚ ਆਏ ਸਾਰੇ ਡਿਪਾਰਟਮੈਂਟ ਦੇ ਵਿੱਚ ਕੀ ਕੀਤਾ ਇਹਨਾਂ ਨੇ ਕਿ ਦੇਖੋ ਪਹਿਲੇ ਜਿਹੜੇ ਟੈਸਟ ਕੀਤੇ ਉਹਨਾਂ ਦੀ ਤਾਂ ਮੈਨੂੰ ਪਤਾ ਨਹੀਂ, ਹੁਣ ਦੇ ਜਿਹੜੇ ਟੈਸਟ ਕੀਤੇ ਜਾਣਗੇ ਉਹਦੇ ਵਿੱਚ ਤੇ ਕੋਈ ਵੀ ਕੈਮੀਕਲ ਉਹਦੇ ਵਿੱਚ ਆ ਹੀ ਨਹੀਂ ਸਕਦਾ। ਉਹਦਾ ਰੀਜ਼ਨ ਉਹਦੇ ਪਿੱਛੇ ਰੀਜ਼ਨਸ ਨੇ, ਉਹਦੇ ਪਿੱਛੇ ਰੀਜ਼ਨਸ ਇਹ ਆ ਕਿ ਫਸਟ ਆਫ ਆਲ ਤੇ ਜਦੋਂ ਇਹਨਾਂ ਨੇ ਮਿੱਲ ਨੂੰ ਸੀਲ ਕਰ ਦਿੱਤਾ, ਮਿੱਲ ਉਹ ਸੀਲ ਕੀਤੀ ਜਿਹੜੀ ਪਹਿਲੇ ਹੀ ਵਰਕਿੰਗ ਚ ਨਹੀਂ ਸੀ, ਸੀਜ਼ਨ ਤੇ ਪੂਰਾ ਲਗਾ ਬੈਠੀ ਉਹ ਮਿੱਲ ਤੇ ਸੀਜ਼ਨ ਲਾ ਬੈਠੀ, ਗੰਨੇ ਦੀ ਪੜਾਈ ਹੋ ਚੁੱਕੀ ਪਰ ਅੱਗੋਂ ਗੰਨਾ ਮਿੱਲਾਂ ਵੱਲ ਆ ਰਿਹਾ ਜਾ ਰਿਹਾ, ਉਹਦਾ ਪਰਸਨਲੀ ਕੋਈ ਨੁਕਸਾਨ ਹੋ ਰਿਹਾ ਹੋਵੇ, ਜਿਹੜੀ ਰਿਫਾਈਨ ਜਿਹੜੀ ਉਹਦੀ ਦੂਜੀ ਸ਼ਰਾਬ ਦੀ ਮਿੱਲ ਆ ਉਹ ਚੱਲ ਰਹੀ ਹੈ, ਉਵੇਂ ਚੱਲ ਰਹੀ ਹੈ। 25 ਲੱਖ ਦੀ ਗੱਲ ਕਰ ਰਹੇ ਆ ਕਿ 25 ਲੱਖ ਦੀ ਜਿਹੜੀ ਉਹਦੀ ਸਿਕਿਉਰਿਟੀ ਆ ਉਹ ਫੋਰਫਿਟ ਕੀਤੀ ਹੈ ਤੇ ਨੋ ਡਾਊਟ 25 ਲੱਖ ਦੀ ਉਹਦੇ ਅੱਗੇ ਤੇ ਵੈਲਿਊ ਹੀ ਕੋਈ ਨਹੀਂ ਹੈ, ਜਿੰਨਾ ਨੁਕਸਾਨ ਹੋ ਗਿਆ ਇਨਵਾਇਰਮੈਂਟ ਦਾ ਨੁਕਸਾਨ ਹੋ ਗਿਆ ਉਹਦੇ ਲਾਗੇ 25 ਲੱਖ ਨਾਲ ਕੀ ਕਰ ਲੈਣਗੇ ਉਹਦੀ ਵਾਪਸ ਥੋੜਾ ਹੋ ਜਾਏਗੀ ਇਨਵਾਇਰਮੈਂਟ। ਇਹ ਬੜੀ ਇੰਟਰਸਟਿੰਗ ਚੀਜ਼ ਦੱਸੀ ਹੈ ਗੁਰਪ੍ਰੀਤ ਜੀ, ਇੱਕ ਚਰਚਾ ਕਰਤੀ ਜੀ ਕਿ ਮਿੱਲ ਸੀਲ ਕਰਤੀ ਪਰ ਹੁਣ ਗੱਲ ਆਈ ਹੈ ਕਿ ਦਰਵਾਜ਼ਾ ਤਾਂ ਉਹ ਬੰਦ ਕਰਤਾ ਜਿਹੜਾ ਪਹਿਲਾਂ ਹੀ ਬੰਦ ਸੀ, ਪਹਿਲਾਂ ਹੀ ਬੰਦ ਸੀ ਦੇਖੋ ਸੀਜ਼ਨ ਦੇ ਆਣਾ ਜਾ ਕੇ ਹੁਣ ਇਹ ਕਹਿ ਰਹੇ ਕਿ ਟਿਲ ਇਨਵੈਸਟੀਗੇਸ਼ਨ ਤੱਕ ਉਹ ਮਿੱਲ ਸੀਲ ਰਹੇਗੀ। ਠੀਕ ਹੈ ਜੀ, ਇਨਵੈਸਟੀਗੇਸ਼ਨ ਮੈਜਿਸਟਰੀਅਲ ਜਿਹੜੀ ਇਨਵੈਸਟੀਗੇਸ਼ਨ ਦਿੱਤੀ ਗਈ ਹੈ, ਮੈਜਿਸਟਰੀਅਲ ਜਿਹੜੀ ਜਾਂਚ ਦਿੱਤੀ ਗਈ ਐਸ ਡੀ ਐਮ ਬਟਾਲਾ ਨੂੰ ਮੂਵ ਕੀਤੀ ਗਈ ਹੈ ਡੀ ਸੀ ਗੁਰਦਾਸਪੁਰ ਵੱਲੋਂ, ਉਹਦੇ ਲਈ 10 ਦਿਨ ਦਾ ਟਾਈਮ ਦਿੱਤਾ ਗਿਆ ਸੀ ਜਿਹਦੇ ਕਿ 4 ਦਿਨ ਬੀਤ ਗਏ ਆ, 6 ਦਿਨ ਬਾਅਦ ਜੀ। ਸੈਕੰਡਲੀ ਜਿਹੜੀ ਪੋਲਿਊਸ਼ਨ ਬੋਰਡ ਆ ਉਹ ਆਪਣੇ ਤੌਰ ਤੇ ਕਹਿ ਰਿਹਾ, ਜੋ ਕਿ ਸੋਨੀ ਉਹਨਾਂ ਦਾ ਵੀ 3 ਦਿਨ ਤੋਂ ਪਹਿਲੇ ਬਿਆਨ ਆਇਆ ਸੀ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜਲਦੀ ਉਹਦਾ ਸਾਰਾ ਮਾਮਲਾ ਸਾਹਮਣੇ ਆ ਜਾਏਗਾ ਜੀ। ਦੇਖੋ ਇੱਕ IFS ਆਫਿਸਰ ਨੇ ਜਿਹੜੇ ਇਹਨਾਂ ਦੇ IFS ਆਫਿਸਰ ਨੇ ਕੁਲਦੀਪ ਸਿੰਘ ਜੀ, ਉਹਨਾਂ ਵੱਲੋਂ ਇੱਕ ਦਾਇਰ ਕੀਤੀ ਗਈ ਹੈ ਕੰਪਲੇਂਟ ਕੋਰਟ ਦੇ ਵਿੱਚ ਕਿ ਇਹਨਾਂ ਮਿੱਲ ਦੇ ਅਗੇਂਸਟ ਕਾਰਵਾਈ ਕੀਤੀ ਜਾਵੇ ਜੀ। ਦੇਖੋ ਉਹ ਹਜੇ ਤੱਕ ਪੁਲਿਸ ਕੇਸ ਇਸ ਮਾਮਲੇ 'ਚ ਕੋਈ ਵੀ ਰਜਿਸਟਰਡ ਨਹੀਂ ਕੀਤਾ ਗਿਆ। ਬੜੀ ਇੰਟਰਸਟਿੰਗ ਗੱਲ ਆ, ਅਕਸਰ ਹੀ ਜਦੋਂ ਆਪਾਂ ਪਿਛਲੇ ਮਾਮਲੇ ਦੇਖ ਲਈਏ ਕਦੀ ਵੀ ਕੋਈ ਮਾਮਲਾ ਹੁੰਦਾ ਤਾਂ ਪਹਿਲਾਂ ਪੁਲਿਸ ਕੇਸ ਹੁੰਦਾ ਤੇ ਜਾਂਚ ਬਾਅਦ ਵਿੱਚ ਹੁੰਦੀ ਹੈ, ਲੇਕਿਨ ਇਸ ਮਾਮਲੇ ਦੇ ਵਿੱਚ ਜਾਂਚ ਪਹਿਲੇ ਹੋ ਰਹੀ ਹੈ ਤੇ ਮਾਮਲਾ ਹਜੇ ਪਤਾ ਹੀ ਨਹੀਂ ਦਰਜ ਹੋਣਾ ਕਿ ਹੋਣਾ ਤੇ ਕੀ ਹੋਣਾ। ਦੂਸਰੀ ਗੱਲ ਜੇ ਅੱਜ ਦੇ ਸੈਂਪਲ ਦੀ ਗੱਲ ਕਰ ਲਾਂ ਤੇ ਪਿਛਲੇ 3 ਦਿਨ ਪਹਿਲੇ ਤੋਂ ਪੌਂਗ ਡੈਮ ਤੋਂ ਪਾਣੀ 11,000 ਕਿਊਸਿਕ ਛੱਡ ਦਿੱਤਾ ਗਿਆ ਸੀ ਜੀ, ਇਹ ਤਰਕ ਦੇ ਨਾਲ ਕਿ ਪਾਣੀ ਨੂੰ ਪਿਓਰ ਕੀਤਾ ਜਾਵੇ, ਪਾਣੀ ਨੂੰ ਡਿਲਿਊਟ ਜਿਹੜੀ ਚੀਜ਼ ਹੋਈ ਹੈ ਉਹਨੂੰ ਖਤਮ ਕਰ ਦਿੱਤਾ ਜਾਵੇ। ਠੀਕ ਆ, ਉਹ ਇੱਕ ਪੱਖ ਠੀਕ ਆ, ਲੇਕਿਨ ਜੇ ਉਹ ਪੱਖ ਦੇ ਨਾਲ ਵੇਖੀ ਤਾਂ ਉਹ ਇਹ ਕਹਿ ਸਕਦੇ ਆ ਕਿ ਇੱਕ ਪਾਣੀ ਫੇਰ ਦਿੱਤਾ ਗਿਆ ਜਾਂਚ ਕਰਨ ਤੋਂ ਪਹਿਲੇ ਹੀ ਚੀਜ਼ ਦੇ ਉੱਤੇ। ਤੁਸੀਂ ਇੰਟਰਸਟਿੰਗਲੀ ਵੇਖੋ ਕਿ ਇਹ ਚੀਜ਼ ਹੈ ਜਿਹੜੀ ਇਹ ਕਹਿੰਦੇ ਕਿ ਮੱਛੀਆਂ ਮਰੀਆਂ ਨੀ, ਮੈਂ ਬੜਾ ਇੰਟਰਸਟਲੀ ਉਹ ਜਿਹੜੇ
ਡੋਲਫਿਨ ਦੀ ਜਿਹੜੀ ਬਹੁਤ ਘੱਟ ਰੇਅਰ ਸੀ ਜਿਹੜੀ ਇਸ ਦਰਿਆ ਦੇ ਵਿਚ ਪਾਈ ਗਈ ਦਰਿਆ ਦੇ ਵਿਚ ਸੀ ਬਿਆਸ ਦੇ ਵਿਚ ਉਹ ਹਜੇ ਤੱਕ ਇਹਨਾਂ ਨੂੰ ਨਹੀਂ ਪੂਰੀ ਤਰ੍ਹਾਂ ਉਹਦੀ ਪ੍ਰਜਾਤੀ ਮਿਲੀ ਇੰਨਾ ਸ਼ੁਕਰ ਆ ਕਿ ਜਿਹੜੇ ਘੜਿਆਲ ਨੇ ਉਹ ਇਹ ਕਹਿ ਰਹੇ ਨੇ ਕਿ ਠੀਕ ਆ ਜੀਵਤ ਨੇ ਘੜਿਆਲ ਹੈਗੇ ਨੇ ਕਿਉਂਕਿ ਉਹ ਤਾਂ ਬਾਹਰ ਆ ਗਏ ਕੋਈ ਹਜੇ ਤੱਕ ਪੁਸ਼ਟੀ ਨਹੀਂ ਕਰ ਪਾਏ ਚੰਗੀ ਤਰੀਕੇ ਨਾਲ ਮਤਲਬ ਇਹ ਕਹਿ ਸਕਦਾ ਮੈਂ ਫਿਰ ਦੂਸਰੀ ਗੱਲ ਦੇਖੋ ਕਿ ਉਸ ਦਿਨ ਵੀ ਜਿਹੜੇ ਮਿੱਲ ਦੇ ਗਰੁੱਪ ਪ੍ਰੈਜ਼ੀਡੈਂਟ ਸੀ ਰਤਨ ਸਿੰਘ ਉਹਨਾਂ ਦਾ ਇਹ ਗੱਲ ਕਹਿਣਾ ਸੀ ਕਿ ਮੈਂ ਆਪਣੇ ਏਰੀਏ ਦੇ ਵਿੱਚ ਚੈੱਕ ਕਰਾਇਆ ਜੀ ਮੱਛਲੀ ਇੱਥੇ ਕੋਈ ਨੀ ਮਰੀ ਨੋ ਡਾਊਟ ਉਹਨਾਂ ਦੇ ਏਰੀਏ ਦੇ ਵਿੱਚ ਤੇ ਬਚੀ ਕੋਈ ਨੀ ਬਚੀ ਉਹ ਅੱਗੇ ਹੀ ਲੰਘ ਗਈਆਂ ਉਹ ਸਾਰੀਆਂ ਮਰ ਕੇ ਰੁੜ ਗਈਆਂ ਤੇ ਜਾ ਕੇ ਇਕੱਠੀਆਂ ਹੋ ਗਈਆਂ ਹੁਸ਼ਿਆਰਪੁਰ ਏਰੀਏ ਦੇ ਵਿੱਚ ਜਾਂ ਅੱਗੇ ਹਰੀ ਕੇ ਪੱਤਣੀਆਂ ਵੇਈ ਇਹਨਾਂ ਦੀ ਮਤਲਬ ਜਿੱਥੇ ਜਿੱਥੇ ਵੀ ਉਹਨੇ ਦਾ ਜਿਹੜਾ ਅਸਰ ਆ ਦੇਖੋ ਰਾਜਸਥਾਨ ਵੱਲ ਮੂਵ ਹੋ ਗਿਆ ਰਾਜਸਥਾਨ ਨੂੰ ਡਰ ਪੈ ਗਿਆ ਨਹੀਂ ਬਾਣੀ ਉੱਥੇ ਪਹੁੰਚ ਗਿਆ ਜੀ ਉੱਥੇ ਲੋਕਾਂ ਨੇ ਅੱਜ ਗੰਗਾਨਗਰ ਦੇ ਵਿੱਚ ਬਹੁਤ ਜਿਵੇਂ ਸਾਧੂ ਵਾਲਾ ਹੈਡ ਆ ਉੱਥੇ ਪਿਆਓ ਲਾਇਆ ਕਹਿੰਦੇ ਅਸੀਂ ਇਸ ਚੀਜ਼ ਦੀ ਛਬੀਲ ਲਾਈ ਆ ਵੀ ਸਾਨੂੰ ਗਲਾਸਾਂ ਚ ਪਾਣੀ ਵੇਖਿਆ ਵੀ ਆਹ ਪਾਣੀ ਪੀਣ ਨੂੰ ਆ ਰਿਹਾ ਸਾਡੇ ਕੋਲੇ ਜੀ ਦੇਖੋ ਉਹੀ ਰੀਜ਼ਨ ਆ ਨਾ ਕਿ ਇੱਥੋਂ ਜਿੱਦਾਂ ਜਿੱਦਾਂ ਹੀ ਪੌਂਗ ਡੈਮ ਤੋਂ ਪਾਣੀ ਛੱਡੀ ਜਾਣਗੇ ਉਹਦਾ ਫਲੋ ਜ਼ਿਆਦਾ ਵਧੀ ਜਾਣਾ ਉਹ ਅੱਗੇ ਅੱਗੇ ਮੂਵ ਹੋ ਜਾਣਾ ਖਤਮ ਨਹੀਂ ਹੋ ਸਕਦਾ ਜਿਹੜਾ ਇਹ ਫਿਰ ਖਾਸ ਗੱਲ ਆ ਇਹਦੇ ਦੌਰਾਨ ਇੱਕ ਆਦਮੀ ਇੱਕ ਠੇਕੇਦਾਰ ਟਕਰਿਆ ਕੰਟਰੈਕਟਰ ਜਿਹੜਾ ਇੱਥੇ ਮੱਛਲੀ ਦਾ ਸਾਰਾ ਕੰਟਰੈਕਟ ਲੈਂਦਾ ਜਿਹੜੀ ਮੱਛੀ ਦਾ ਉਹਦਾ ਕੀ ਕਹਿਣਾ ਕਿ ਮੈਂ 3 ਮਹੀਨੇ ਤੋਂ ਪਿਛਲੇ ਕੰਟਰੈਕਟ ਲੈ ਚੁੱਕਾ ਹਾਂ ਪਹਿਲੇ ਵੀ ਮੇਰੇ ਕੋਲ ਸੀ ਕੰਟਰੈਕਟ 25-22 ਲੱਖ ਰੁਪਏ ਦੇ ਵਿੱਚ ਕਹਿੰਦਾ ਮੈਂ ਠੇਕਾ ਲਿਆ ਮੱਛੀ ਲੈਣ ਦਾ ਤੇ ਮੈਂ ਪਿਛਲੇ 3 ਮਹੀਨਿਆਂ ਤੋਂ ਕੰਪਲੇਂਟਸ ਕਰ ਰਿਹਾ ਪੋਲਿਊਸ਼ਨ ਡਿਪਾਰਟਮੈਂਟ ਨੂੰ ਜਾਂ SDM ਨੂੰ ਜਾਂ ਹੁਸ਼ਿਆਰਪੁਰ ਜਾ ਕੇ ਵੀ ਹੋਰ ਜਗ੍ਹਾ ਤੇ ਵੀ ਕਿ ਇਸ ਇਹਦੇ ਵਿੱਚ ਮੱਛੀਆਂ ਮਰ ਰਹੀਆਂ ਵਾ ਕੋਈ ਜ਼ਹਿਰੀਲਾ ਪਦਾਰਥ ਆ ਰਿਹਾ ਕੁਛ ਪੋਇਜ਼ਨਸ ਹੋ ਰਿਹਾ ਮਿੱਲ ਵੱਲੋਂ ਉਦੋਂ ਤੱਕ ਤਾਂ ਕਿਸੇ ਨੇ ਵੀ ਕਾਰਵਾਈ ਨਹੀਂ ਕੀਤੀ ਅੱਜ ਜਦੋਂ ਬਲਕ ਦੇ ਵਿੱਚ ਮੱਛੀਆਂ ਮਰੀਆਂ ਤੇ ਸੀਰਾ ਵੀ ਸਾਹਮਣੇ ਆ ਗਿਆ ਸਭ ਕੁਛ ਹੋ ਗਿਆ ਮਤਲਬ ਇਹ ਕਹਿ ਸਕਦੇ ਦੇਖੋ ਜੇ ਉਹਦੀ ਮਿੱਲ ਜੇ ਮੈਂ ਮਿੱਲ ਦਾ ਪੱਖ ਜਾਂਦਾ ਮੈਂ ਦੇਖੋ ਮੈਂ ਉਹਨੂੰ ਇਹ ਨੀ ਕਹਿੰਦਾ ਕਿ ਅੱਜ ਉਹ ਵੀ ਜਾਂਚ ਦੇ ਘੇਰੇ ਦੇ ਵਿੱਚ ਹਜੇ ਤੇ ਉਹ ਵੀ ਨੀ ਅਕਿਊਜ਼ ਹੈਗੇ ਮੈਂ ਵੀ ਨੀ ਅਕਿਊਜ਼ ਕਹਿ ਸਕਦਾ ਤੁਸੀਂ ਵੀ ਨੀ ਅਕਿਊਜ਼ ਕਹਿ ਸਕਦੇ ਕਿਉਂਕਿ ਪ੍ਰਸ਼ਾਸਨ ਅਕਿਊਜ਼ ਨੀ ਮੰਨ ਰਿਹਾ ਉਹਨਾਂ ਲੇਕਿਨ ਜੇ ਉਹਨਾਂ ਦਾ ਪੱਖ ਵੀ ਲੈ ਲਈਏ ਤੇ ਉਹਨਾਂ ਦਾ ਕੀ ਕਹਿਣਾ ਉਹਨਾਂ ਦੀ ਵੀ ਬੜੀ ਇੰਟਰਸਟਿੰਗ ਗੱਲ ਹੈ ਉਹ ਕਹਿੰਦੇ ਕਿ ਸੀਰਾ ਆਪਾਂ ਕਿਉਂ ਛੁੱਟਾਂਗੇ ਆ ਸਾਡੇ ਲਈ ਵੈਲਿਊਏਬਲ ਆ ਦਾਰੂ ਸ਼ਰਾਬ ਕੱਢ ਲੈਣੇ ਆ ਉਹਦੇ ਵਿੱਚੋਂ ਜਿਹੜਾ ਕੁਛ ਬਚਦਾ ਹੈਗਾ ਤੇ ਉਹ ਵੀ ਤਾਂ ਪਿਆ ਹੁੰਦਾ ਇੱਕ ਚੀਜ਼ ਕਰੀਏ ਤੇ ਉਹਨੂੰ ਜੇਕਰ ਟ੍ਰੀਟ ਕਰਨਾ ਹੋਵੇ ਉਹ ਮਹਿੰਗਾ ਪੈ ਜਾਂਦਾ ਜੇ ਉਸ ਪੁਆਇੰਟ ਦੇ ਉੱਤੇ ਵਿਜ਼ਿਟ ਕਰੀਏ ਨਾ ਤੇ ਪਹਿਲੀ ਗੱਲ ਤੇ ਹੈ ਕਿ ਇਹ ਫਸਟ ਟਾਈਮ ਹੈ ਉਸ ਪੁਆਇੰਟ ਤੱਕ ਆਪਾਂ ਐਜ਼ ਏ ਮੀਡੀਆ ਪਰਸਨ ਮੈਂ ਪਹੁੰਚ ਸਕਿਆ ਇਸ ਸਾਲਾਂ ਦੇ ਵਿੱਚ ਉਹ ਮਿਲਦਾ ਗੇਟ ਟੱਪ ਸਕਿਆ ਮੈਂ ਉਸ ਪੁਆਇੰਟ ਤੱਕ ਪਹੁੰਚ ਸਕਿਆ ਪਹਿਲੀ ਵਾਰ ਇਹ ਚਾਂਸ ਹੋਇਆ ਉੱਥੋਂ ਤੱਕ ਜਾਣ ਹੀ ਨਹੀਂ ਦਿੱਤਾ ਜਾਂਦਾ ਜਿੰਨੀ ਉੱਥੇ ਸਿਕਿਉਰਿਟੀ ਉਹਨਾਂ ਨੇ ਪਰਸਨਲ ਆਪਣੀ ਪ੍ਰਾਈਵੇਟ ਸਿਕਿਉਰਿਟੀ ਕੀਤੀ ਹੋਈ ਹੈ ਸਭ ਤੋਂ ਪਹਿਲੇ ਤੇ ਅਗਲੇ ਦਾ ਕੈਂਪਸ ਆ ਪ੍ਰਾਈਵੇਟ ਕੈਂਪਸ ਆ ਆਪਾਂ ਜਾ ਹੀ ਨਹੀਂ ਸਕੇ ਜਿੰਨੀ ਵਾਰੀ ਵੀ ਪਹਿਲੇ ਵੀ ਮਿਲ ਸੀਲ ਹੋਈ ਹੈ ਕਾਨ ਸਿੰਘ ਪੰਨੂ ਨੇ ਜਦੋਂ ਪਹਿਲੀ ਵਾਰੀ ਜੁਆਇਨ ਕੀਤਾ ਸੀ ਪੋਲਿਊਸ਼ਨ ਡਿਪਾਰਟਮੈਂਟ ਅਕਾਲੀ ਦਲ ਗਵਰਨਮੈਂਟ ਸੀ ਉਦੋਂ ਵੀ 3 ਦਿਨ ਲਈ ਸੀਲ ਕੀਤੀ ਗਈ ਸੀ ਉਦੋਂ ਵੀ ਇਹੋ ਹੀ ਰੀਜ਼ਨ ਸੀ ਕਿ ਇਹ ਪਾਣੀ ਜਿਹੜਾ ਦਰਿਆ ਦੇ ਵਿੱਚ ਸੁੱਟ ਰਹੇ ਨੇ ਪੁਆਇੰਟ ਉਹੋ ਹੀ ਸੀ ਬਿਲਕੁਲ ਤੁਸੀਂ ਬਿਲੀਵ ਕਰੋ ਨਾ ਕਿ ਇੱਕ
ਮਿਲ ਨੂੰ ਲਾਣ ਦੇ ਪਿੱਛੇ ਫਿਰ ਇੱਕ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਉਹਦੇ ਬਿਲਕੁਲ ਕੰਢੇ ਤੇ ਜਿਸ ਜਗ੍ਹਾ ਤੇ ਇਹ ਮਿਲ ਹੈ ਉਹਦੇ ਨਾਲ ਹੀ ਇੱਕ ਰਾਜਨੀਤਿਕ ਬੰਦੇ ਦੀ ਵੀ ਕਾਫੀ ਏਕੜ ਜ਼ਮੀਨ ਹੈ ਜੀ, ਪਾਵਰ ਦੇ ਵਿੱਚ ਹੈ ਉਹ ਆਦਮੀ। ਉਹ ਜਦੋਂ ਪਿਛਲੀ ਵਾਰ ਵੀ ਇਹ ਮਾਮਲਾ ਸਾਹਮਣੇ ਆਇਆ ਸੀ ਤੇ ਉਦੋਂ ਮਿਲ ਨੇ ਸ਼ੋ ਆਫ ਕਰ ਦਿੱਤਾ ਸੀ ਕਿ ਆਪਾਂ ਆਪਣਾ ਜਿਹੜਾ ਗੰਦਾ ਪਾਣੀ ਹੈ ਵੇਸਟ ਜਿਹੜਾ ਉਹ ਆਪਾਂ ਹਾਇਰ ਆਪਾਂ ਲੀਜ਼ ਤੇ ਲਈ ਹੋਈ ਹੈ ਜ਼ਮੀਨ ਉਹਦੇ ਲਈ ਆ ਉਹਦੇ ਛੱਡਦੇ ਹਾਂ ਹਾਂ ਨਾ ਕਿ ਦਰਿਆ ਚ ਸੁੱਟ ਰਹੇ ਹੈ ਜੀ। ਮਤਲਬ ਇਹਨਾਂ ਨੂੰ ਸ਼ੈਲਟਰ ਕਰਨ ਲਈ ਹਰ ਵਾਰੀ ਕੋਈ ਨਾ ਕੋਈ ਜੇ ਵੱਡੇ ਕੋਪਰੇਟ ਲੋਕ ਨੇ ਤੇ ਵੱਡੇ ਸਾਹਮਣੇ ਆਏ ਜਿੱਦਾਂ ਕਿ ਆਪਾਂ ਪਿਛਲੇ ਦਿਨਾਂ ਚ ਦੇਖਿਆ ਓਪੀ ਸੋਨੀ ਯਾਦ ਆ ਕਿ ਸਾਡੇ ਬ੍ਰਦਰਸ ਨੂੰ ਓਪੀ ਸੋਨੀ ਨਾਲ ਮੁਲਾਕਾਤ ਕਰਨ ਦੀ ਜੀ। ਮਤਲਬ ਉਹ ਕੀ ਐਸੀ ਲੋੜ ਪੈ ਗਈ ਕਿ ਸਰਨਾ ਜੀ ਦੋਵੇਂ ਬ੍ਰਦਰ ਸਪੈਸ਼ਲੀ ਓਪੀ ਸੋਨੀ ਨੂੰ ਮਿਲਣ ਆ ਰਹੇ ਨੇ ਸੇਮ ਡੇ, ਮਤਲਬ ਅਗਲੇ ਦਿਨ ਹੀ ਜਿੱਦਣ ਇਹ ਸਾਰਾ ਇੰਸੀਡੈਂਟ ਹੋ ਰਿਹਾ ਕੁਛ ਖਾਸ ਜੀ ਕਿਤੇ ਨਾ ਕਿਤੇ ਜੁੜਦਾ ਹੈ ਖੜੀ ਜੁੜਦੀ ਜਾ ਰਹੀ ਹੈ ਜੀ ਜੀ। ਸੋ ਵੇਖਦੇ ਹਾਂ ਜੀ ਕੀ ਅੱਗੇ ਨਿਕਲ ਕੇ ਆਉਂਦਾ ਸਾਰੇ ਮਾਮਲੇ ਤੇ। ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ ਤੁਹਾਡਾ, ਮਿਹਰਬਾਨੀ ਜੀ। ਇਹ ਸਨ ਜੀ ਸਾਡੇ ਸਹਿਯੋਗੀ ਗੁਰਪ੍ਰੀਤ ਜੀ। ਢਿੱਲੋਂ ਸਾਹਿਬ, ਗੱਲਬਾਤ ਜੇਲ੍ਹਾਂ ਦੀ ਚੱਲ ਰਹੀ ਸੀਗੀ, ਜੇਲ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਕਹਿੰਦੇ ਇਹੋ ਜਿਹੇ ਹਾਲਾਤ ਨੇ, ਇੱਥੋਂ ਦੀਆਂ ਵਰਕਿੰਗ ਕੰਡੀਸ਼ਨਸ ਨੂੰ ਲੈ ਕੇ ਜਿਹੜੇ ਨੇ ਜੇਲ੍ਹ ਮਹਿਕਮੇ ਅਹਿਮ ਪਦ ਦੇ ਆਮ ਨੌਕਰੀ ਨਹੀਂ ਲੱਭਦੀ ਹੁੰਦੀ, ਲੋਕ ਭੱਜੇ ਫਿਰਦੇ ਆ। DSP ਜਿਹੜਾ ਡਿਪਟੀ ਸੁਪਰੀਟੈਂਡੈਂਟ ਜੇਲ੍ਹ ਤੱਕ ਦੀਆਂ ਜਿਹੜੀਆਂ ਇੱਥੇ ਲੋਕਾਂ ਨੇ ਜੁਆਇਨ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਭਾਈ ਅਸੀਂ ਜਿਹੜਾ ਜੇਲ੍ਹ ਦੇ ਮਹਿਕਮੇ ਦੇ ਵਿੱਚ ਜਿਹੜਾ ਨਹੀਂ ਜਾਣਾ। ਅਤੇ ਅਸਿਸਟੈਂਟ ਜਿਹੜੇ ਨੇ ਜਿਹਨੂੰ ASI ਰੈਂਕ ਦਾ ਕਹਿੰਦੇ ਨੇ ਅਸਿਸਟੈਂਟ ਸੁਪਰੀਟੈਂਡੈਂਟ ਜੇਲ੍ਹ, ਉਹ ਤਾਂ ਕਈ ਜਿਹੜੇ ਨੇ ਨਹੀਂ ਉਹਨਾਂ ਨੇ ਜੁਆਇਨ ਕੀਤਾ। ਕਹਿੰਦੇ 1300 ਵੈਕੈਂਸੀਆਂ ਜਿਹੜੀਆਂ 2450 ਸੈਂਕਸ਼ਨਡ ਪੋਸਟਾਂ ਦੇ ਵਿੱਚੋਂ ਜਿਹੜੀਆਂ ਜੂਨੀਅਰ ਲੈਵਲ ਦੀਆਂ ਉਹ ਵੀ ਖਾਲੀ ਪਈਆਂ ਹਜੇ ਤੱਕ। ਅਤੇ 6 ਸਬ ਜੇਲ੍ਹਾਂ, 12 ਡਿਸਟ੍ਰਿਕਟ ਜੇਲ੍ਹਾਂ, 9 ਸੈਂਟਰਲ ਜੇਲ੍ਹਾਂ ਜਿਹੜੀਆਂ ਨੇ ਉਹ ਹੈਗੀਆਂ, ਅਤੇ 16 ਡਿਪਟੀ ਸੁਪਰੀਟੈਂਡੈਂਟ ਜੇਲ੍ਹ ਜਿਹੜੇ ਨੇ ਜਿਨ੍ਹਾਂ ਨੂੰ 2016 ਦੇ ਵਿੱਚ ਪੋਸਟਿੰਗ ਦਿੱਤੀ ਗਈ ਸੀ ਜੁਆਇਨਿੰਗ ਦੀ, ਉਹਨਾਂ ਦੇ ਵਿੱਚੋਂ ਸਿਰਫ 5 ਨੇ ਜੁਆਇਨ ਕੀਤਾ। ਹਾਲਾਤ ਬੜੇ ਜਿਹਨੂੰ ਕਹਿੰਦੇ ਅਣਸਖਾਵੇਂ ਹੈ ਕਿ ਸਾਡੇ ਦੇ ਜੇਲ੍ਹਾਂ ਦੇ ਅੰਦਰ ਪ੍ਰੈਸ਼ਰ ਜਾਂ ਹੋਰ ਕਿਸੇ ਤਰ੍ਹਾਂ ਦਾ ਵੀ ਹੈ। ਅਤੇ ਜੇਕਰ ਰਹਿੰਦੀ ਖੁੰਹਦੀ ਗੱਲ ਕਰ ਦਈਏ ਤਾਂ ਜੇਲ੍ਹਾਂ ਦੇ ਅੰਦਰ ਜਿਵੇਂ ਜੋ ਇੱਕ ਕਾਰੋਬਾਰ ਚੱਲ ਰਿਹਾ, ਇੱਕ ਜੇਲ੍ਹ ਸੁਪਰੀਡੈਂਟ ਹੈ ਡਿਪਟੀ, ਉਹਦੀ ਅਲਮਾਰੀ 'ਚੋਂ ਬੀੜੀਆਂ ਫੜੀਆਂ ਗਈਆਂ, ਨਸ਼ੀਲੀਆਂ ਦਵਾਈਆਂ ਬਰਾਮਦ ਹੋ ਗਈਆਂ, ਉਹਦਾ ਜਿਹੜਾ ਬੌਸ ਸੀਗਾ ਮਾਨਸਾ ਜੇਲ੍ਹ ਦਾ ਸੁਪਰੀਡੈਂਟ ਉਹਨੂੰ ਜੇਲ੍ਹ ਬਠਿੰਡੇ ਵਾਲੀ ਜੇਲ੍ਹ 'ਚ ਹੀ ਡੁੱਕ ਦਿੱਤਾ, ਮਤਲਬ ਕਿ ਕਹਿਣ ਤੋਂ ਭਾਵ ਕੀ ਹੈ ਤਮਾਮ ਇਨਵਾਇਰਮੈਂਟ ਦੀ ਗੱਲ ਕਰੀਏ ਜੋ ਕੁਛ ਇਹ ਹੋ ਰਿਹਾ। ਦੇਖੋ, ਜਿੱਥੋਂ ਤੱਕ ਤੁਸੀਂ ਗੱਲ ਕਹੀ ਹੈ ਕਿ ਬਹੁਤ ਸਾਰੇ ਬੰਦਿਆਂ ਨੂੰ ਜਿਨ੍ਹਾਂ ਨੂੰ ਆਰਡਰ ਮਿਲ ਗਏ ਸੀ, ਨਿਯੁਕਤੀ ਪੱਤਰ ਮਿਲ ਗਏ ਸੀ ਅਤੇ ਉਹਨਾਂ ਨੇ ਜੁਆਇਨ ਨਹੀਂ ਕੀਤਾ, ਕਾਰਨ ਕਈ ਹੋ ਸਕਦੇ ਹੈ। ਕਈ ਤਾਂ ਇਹ ਹੁੰਦੇ ਹੈ, ਕਈ ਵਾਰੀ ਵੀ ਬੰਦੇ ਵੱਖ ਵੱਖ ਥਾਵਾਂ ਦੇ ਉੱਤੇ ਟਰਾਈ ਕਰੀ ਜਾਂਦੇ, ਇਸ ਵਾਸਤੇ ਇਹ ਪੋਸਟ ਵਾਸਤੇ ਵੀ ਟਰਾਈ ਕਰ ਲਈ, ਇਹਦੇ ਵਾਸਤੇ ਵੀ ਕਰ ਲਈ। ਜਿਹੜੇ ਇੰਟੈਲੀਜੈਂਟ ਬੱਚੇ ਹੁੰਦੇ ਆ, ਜਿਨ੍ਹਾਂ ਦੇ ਕੋਲ ਟੈਲੈਂਟ ਹੁੰਦੀ ਹੈ, ਉਹ ਕਈ ਕਿਸਮ ਦੇ ਇਮਤਿਹਾਨ ਪਾਸ ਕਰ ਲੈਂਦੇ। ਆਪਾਂ ਆਮ ਤੌਰ 'ਤੇ ਦੇਖਦੇ ਹੁੰਦੇ ਹਾਂ ਬਈ ਬੰਦੇ ਨੇ ਸਿਵਲ ਸਰਵਿਸਿਸ ਦਾ ਇਮਤਿਹਾਨ ਦਿੱਤਾ, ਉਹ IRS 'ਚ ਆ ਗਿਆ, ਦੁਬਾਰਾ ਫਿਰ ਇਮਤਿਹਾਨ ਦਿੰਦਾ, IPS 'ਚ ਆ ਗਿਆ, ਕਹਿੰਦਾ ਨਹੀਂ ਤਸੱਲੀ ਨਹੀਂ ਹੋਈ, ਫਿਰ ਇਮਤਿਹਾਨ ਦਿੰਦਾ। ਹੁਣ ਪਿਛਲੇ ਦਿਨਾਂ ਦੇ ਵਿੱਚ ਆਇਆ ਕਿ ਇੱਕ ਬੀਬਾ IAFS ਦੇ ਵਿੱਚ ਆ ਗਈ, ਕਹਿੰਦੀ ਨਹੀਂ ਜੀ ਮੇਰਾ ਤਾਂ ਬਸ ਤਹਈਆ ਹੀ ਹੈ ਕਿ IAS ਬਣਨਾ। ਉਹ ਫਿਰ ਇਸ ਤਰ੍ਹਾਂ ਦੇ ਜਾਂਦੇ, ਆਪਦੀ ਨੌਕਰੀ ਬਰਕਰਾਰ ਰੱਖਦੇ, ਇਮਤਿਹਾਨ ਦਿੰਦੇ ਰਹਿੰਦੇ। ਕਈ ਵਾਰ ਇਹ ਹੁੰਦਾ ਕਿ ਇੱਕੋ ਟਾਈਮ ਦੇ ਉੱਤੇ ਕਈ ਇਮਤਿਹਾਨ ਦਿੱਤੇ ਹੁੰਦੇ, ਬੰਦੇ ਦੀ ਪੋਸਟਿੰਗ ਚੰਗੇ ਥਾਂ 'ਤੇ ਆ ਗਈ ਤਾਂ ਦੂਜੀ ਨੂੰ ਛੱਡ ਦਿੰਦੇ ਆ। ਇਸ ਕਿਸਮ ਦੀ ਵੀ ਹੈ। ਦੂਜਾ ਪੱਖ ਵੀ ਹੈਗਾ ਜਿਹੜਾ ਤੁਸੀਂ ਛੇੜਿਆ, ਉਹ ਪ੍ਰੈਸ਼ਰ, ਕੰਮ ਦਾ ਪ੍ਰੈਸ਼ਰ, ਅਤੇ ਕੰਮ ਦੇ ਪ੍ਰੈਸ਼ਰ ਤੋਂ ਬਾਅਦ ਜਿਹੜਾ ਜਾਣ ਵਾਸਤੇ ਜੰਜਾਲ, ਕਿਉਂਕਿ ਜਿਸ ਕਿਸਮ ਦਾ ਹਾਲਾਤ ਜੇਲ੍ਹਾਂ ਦੇ ਵਿੱਚ ਬਣੇ ਹੋਏ ਆ, ਜੇਲ੍ਹਾਂ 'ਚ ਕੀ ਸੁਸਾਇਟੀ ਦੇ ਬਣੇ ਹੋਏ, ਸੁਸਾਇਟੀ ਦੀ ਹਾਲਤ ਅੱਜ ਇਹ ਹੈ
ਬਾਕੀ ਗੱਲਾਂ ਤਾਂ ਤੁਸੀਂ ਛੱਡੋ, ਜਿਹੜੇ ਚਿੱਲ ਫੰਗੇ ਹੁੰਦੇ ਆ, ਜਿਹੜੇ ਗੈਂਗਸਟਰ ਹੁੰਦੇ ਆ, ਬਦਮਾਸ਼ ਹੁੰਦੇ ਆ, ਉਹਨਾਂ ਦੀ ਤਾਂ ਆਪਾਂ ਗੱਲ ਹੀ ਨਹੀਂ ਕਰ ਸਕਦੇ, ਜਿਹੜੇ ਆਮ ਲੋਕ ਹੈ ਜੀ। ਕੱਲ ਹੱਦ ਕਰਜ਼ੇ ਨੂੰ ਲੈ ਕੇ ਮਾਮਲਾ ਚੱਲਿਆ ਸੀ, ਨਕਦੀ ਜਿਹੜੀ ਨਕਦੀ ਕਰਜ਼ਾ ਦੇਣਾ ਫਸਲਾਂ 'ਤੇ, ਉਹਨੂੰ ਲੈ ਕੇ ਕਿਉਂਕਿ ਪਿਛਲੇ ਸਮੇਂ 'ਚ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਨੇ ਜਦੋਂ ਨੋਟਬੰਦੀ ਕੀਤੀ ਹੈ ਜੀ, 1.5-2 ਸਾਲ ਪਹਿਲਾਂ, ਉਸ ਨੋਟਬੰਦੀ ਤੋਂ ਬਾਅਦ ਇਕਦਮ ਸਾਰੀਆਂ ਬੈਂਕਾਂ ਦੇ ਵਿੱਚ ਰਿਕਵਰੀ ਹੈ ਜਿਹੜੀ ਰੁਕ ਗਈ ਸੀ। ਨਬਾਰਡ ਨੇ ਜਿਹੜਾ ਆਪਦਾ ਹਿੱਸਾ ਦੇਣਾ ਹੁੰਦਾ, ਉਹ ਰਿਕਵਰੀ ਨੂੰ ਉਹਨੇ ਆਧਾਰ ਬਣਾ ਕੇ ਦੇਣਾ ਹੁੰਦਾ ਜੀ, ਬਿਲਕੁਲ। ਤੇ ਉਹ ਰਿਕਵਰੀ ਹੋ ਨਹੀਂ ਰਹੀ ਸੀ, ਨਬਾਰਡ ਨੇ ਪੈਸਾ ਨਾ ਦਿੱਤਾ, ਤਾਂ ਬੈਂਕਾਂ ਇਸ ਵੇਲੇ ਦੀਆਂ ਕੋਆਪਰੇਟਿਵ ਬੈਂਕਾਂ ਹੈ, ਉਹ ਬਹੁਤ ਵੱਡੇ ਸੰਕਟ ਦੇ ਵਿੱਚ ਫਸ ਗਈਆਂ, ਕਿਉਂਕਿ ਖੇਤੀ ਨੂੰ ਜਿਹੜਾ ਕਰਜ਼ਾ ਦੇਣਾ ਉਹ 4% ਤੇ ਦੇਣਾ, ਤੇ ਜਿਹੜਾ ਮਾਰਕੀਟ ਦੇ ਵਿੱਚ ਕਰਜ਼ਾ ਚੱਲਦਾ ਉਹ 8% ਲੈ ਕੇ ਉਹਨਾਂ ਨੂੰ ਉਹਦਾ 11-12 ਤੱਕ ਉਹਨਾਂ ਨੂੰ ਵਿਆਜ ਦੇਣਾ ਪੈਂਦਾ। ਸੋ ਜ਼ਿਮੀਦਾਰ ਇਹ ਗੱਲ ਕਹਿੰਦੇ ਕਿ ਅਸੀਂ ਭੁੱਖੇ ਮਰਦੇ ਹਾਂ, ਸਰਕਾਰ ਦੀ ਜ਼ਿੰਮੇਵਾਰੀ ਹੈ ਦਿਓ ਜੀ ਸਾਨੂੰ ਕਰਜ਼ਾ, ਅਸੀਂ ਕਰਜ਼ਾ ਮੋੜਨਾ, ਅਸੀਂ ਕਰੀਏ ਕਿ ਫਸਲਾਂ ਪਾ ਲੈਣਗੇ। ਬੈਂਕ ਵਾਲੇ ਕਹਿੰਦੇ ਸਾਡੇ ਕੋਲ ਹੈ ਨਹੀਂ, ਜ਼ਿਮੀਦਾਰ ਜਾ ਕੇ ਲੜਦੇ ਹੈ, ਕਿਸਾਨ ਲੜਦੇ ਹੈ ਕੋਆਪਰੇਟਿਵ ਸੋਸਾਇਟੀ ਕਹਿੰਦੇ ਸੈਕਟਰੀਆਂ ਨਾਲ, ਉਹਨਾਂ ਦੀ ਆਪਦੀ ਜਥੇਬੰਦੀ ਬਣੀ ਹੋਈ ਹੈ, ਉਹ ਸਾਰਿਆਂ ਨੇ ਪਿਛਲੇ ਦਿਨਾਂ ਤੋਂ ਐਜੀਟੇਸ਼ਨ ਚੱਲਦੀ ਸੀ, ਬੈਂਕਾਂ ਦੇ ਮੂਹਰੇ ਘਰਾਓ ਕਰਨਾ ਸ਼ੁਰੂ ਕਰਤਾ। ਬੈਂਕ ਦੀ ਜ਼ਿਲ੍ਹਾ ਮੈਨੇਜਰ ਪ੍ਰੈਸ ਕਾਨਫਰੰਸ ਕਰ ਰਹੀ ਹੈ, ਅਸੀਂ ਵਿੱਚ ਬੈਠੇ ਹਾਂ, ਤੇ ਕਈ ਬੈਂਕਾਂ ਚੋਂ ਖਾਸ ਕਰਕੇ ਮਲੂਕਾ ਔਰ ਟੱਡਾ ਬੈਂਕਾਂ ਦੇ ਵਿੱਚੋਂ ਲੇਡੀ ਸਟਾਫ ਦਾ ਸੁਨੇਹੇ ਆ ਰਹੇ, ਟੈਲੀਫੋਨ ਆ ਰਹੇ ਕਿ ਮੈਡਮ ਕਰੀਏ ਕੀ, ਬਾਹਰੋਂ ਤਾਂ ਜਿੰਦੇ ਲੱਗੇ ਹੋਏ ਆ, ਸਾਨੂੰ ਘੇਰੀ ਬੈਠੇ ਆ, ਬਾਹਰ ਨਹੀਂ ਨਿਕਲ ਸਕਦੇ, ਕਰੀਏ ਅਸੀਂ ਘਰੇ ਵੀ ਜਿਹੜਾ ਆਪਦਾ ਕੀ ਕਰੀਏ ਹਾਲਾਤ, ਮਤਲਬ ਮੈਂ ਅਸੀਂ ਉਹਨੂੰ ਮੈਨੇਜਰ ਨੂੰ ਪੁੱਛਿਆ ਵੀ ਕੀ ਗੱਲ, ਤੁਹਾਡੀ ਕੋਈ ਗੱਲ ਨਹੀਂ ਸੁਣਦਾ ਪੁਲਿਸ ਅਫਸਰ? ਕਹਿੰਦੀ ਨਹੀਂ, ਅਸੀਂ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਹੈ, ਉਹ ਪੁਲਿਸ ਦੀ ਨਫਰੀ ਥੋੜੀ ਹੈ, ਡਿਊਟੀ ਵਾਲੀ ਹੈ, ਤੇ ਉਹ ਕਹਿੰਦੇ ਵੀ 3-4 ਥਾਣਿਆਂ ਦੀ ਪੁਲਿਸ ਇਕੱਠੀ ਹੋ ਕੇ ਇੱਕ ਥਾਂ 'ਤੇ ਜਾਂਦੀ ਹੈ, ਉੱਥੋਂ ਸਟਾਫ ਨੂੰ ਬਾਹਰ ਕੱਢਦੀ ਹੈ, ਫਿਰ ਦੂਜੇ ਥਾਂ 'ਤੇ ਜਾਂਦੀ ਹੈ। ਆਹ ਹਾਲਤ ਬਣੀ ਵੀ ਹੈ ਸਾਡੇ, ਮਤਲਬ ਸਿਸਟਮ ਤੇ ਜੇਲ੍ਹਾਂ, ਤਾਂ ਫਿਰ ਜੇਲ੍ਹਾਂ ਦੇ ਵਿੱਚ ਤਾਂ ਸਾਰੇ ਭਲੇ ਮਾਨਸ ਬੈਠੇ, ਉਹਨਾਂ ਤੇ ਕਾਬੂ ਪਾਉਣਾ ਖਾਲਾ ਜੀ ਦਾ ਬੜਾ, ਫਿਰ ਉੱਤੋਂ ਸਰਕਾਰੀ ਪ੍ਰੈਸ਼ਰ, ਉੱਤੋਂ ਉੱਪਰੋਂ ਸਰਕਾਰੀ ਪ੍ਰੈਸ਼ਰ, ਸਿਆਸੀ ਪ੍ਰੈਸ਼ਰ, ਹਾਂ ਇਹ ਇੱਕ ਤਾਂ ਇਹ ਪ੍ਰੋਬਲਮ ਆ ਗਈ। ਦੂਜੀ ਪ੍ਰੋਬਲਮ, ਅਸੀਂ ਇਸ ਗੱਲ ਤੋਂ ਨਹੀਂ ਮੁਨਕਰ ਹੋ ਸਕਦੇ, ਪਿਛਲੇ ਦਿਨਾਂ ਦੇ ਵਿੱਚ ਆਪਾਂ ਲੱਖੇ ਸਿਧਾਣੇ ਦੀ ਇੱਕ ਇੰਟਰਵਿਊ ਦੇ ਉੱਤੇ, ਉਹਦੀ ਕਿਸੇ ਗੱਲ ਦੇ ਉੱਤੇ ਜਿਹੜੀ ਜੇਲ੍ਹ ਮੰਤਰੀ ਨਾਲ ਗੱਲਬਾਤ ਹੋਈ ਸੀ, ਆਪਾਂ ਉੱਥੇ ਟਿੱਪਣੀ ਕੀਤੀ ਸੀ, ਤੇ ਸਾਡੇ ਇੱਕ ਬਹੁਤ ਹੀ ਪਿਆਰੇ ਮਿੱਤਰ ਹੈ, ਉਹਨਾਂ ਨੇ ਅਗਲੇ ਦਿਨ ਮੈਨੂੰ ਮੈਸੇਜ ਭੇਜਿਆ ਵੀ ਲੱਗਦਾ ਹੈ ਤੁਸੀਂ, ਜੇ ਬੰਦਾ ਗੈਂਗਸਟਰ ਤੋਂ ਬੰਦਾ ਬਣਦਾ ਹੈ ਤੇ ਤੁਸੀਂ ਉਹਨੂੰ ਬਣ ਨਹੀਂ ਦਿੰਦੇ, ਤੁਸੀਂ ਕਿਸੇ ਮੈਲਾ ਫੇਡੇ ਟੈਨਸ਼ਨ ਤਾਂ ਨਹੀਂ? ਨਾਲ ਉਹਨੇ ਕਿਹਾ ਮੈਂ ਤੁਹਾਡੀ ਇੱਜ਼ਤ ਵੀ ਕਰਦਾ, ਖੈਰ ਬੰਦਾ ਆਪਣੇ ਮਿੱਤਰ ਸੀ, ਮੈਂ ਉਹਨਾਂ ਨੂੰ ਮੈਸੇਜ ਭੇਜਿਆ ਕੋਈ ਐਸੀ ਗੱਲ ਨਹੀਂ। ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ, ਜੇ ਸਾਡੀ ਕਿਸੇ ਬੰਦੇ ਦੇ ਬਾਰੇ ਕੋਈ ਸਮਝ ਬਣਦੀ ਹੈ ਉਹਦਾ ਅੱਗਾ ਪਿੱਛਾ ਹੁੰਦਾ, ਬਹੁਤੀਆਂ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਔਨ ਏਅਰ, ਅਤੇ ਆਪਾਂ ਪ੍ਰਾਈਵੇਟ ਕਰ ਲਾਂਗੇ, ਔਫ ਏਅਰ ਗੱਲ ਕਰ ਲਾਂਗੇ। ਚਲੋ ਅੱਜ ਮੈਂ ਹੁਣ ਗੱਲ ਕਰਦਾ ਕਿ ਉਹਨਾਂ ਨੇ ਕਿਹਾ ਕਿ ਹਕੀਕਤ ਜਿਹੜੀ ਹੈ ਲੱਖੇ ਨੇ ਬਿਆਨ ਕੀਤੀ, ਤੁਸੀਂ ਵੀ ਇਹ ਸਹਿਮਤ ਨਹੀਂ, ਪਰ ਮੈਂ ਹੁਣ ਦੱਸਦਾ ਕਿ ਅਸੀਂ ਸਹਿਮਤ ਹਾਂ ਕਈ ਗੱਲਾਂ ਨਾਲ। ਆਹ ਜਿਹੜੀ ਲੱਖੇ ਨੇ ਗੱਲ ਕੀਤੀ ਹੈ ਕਿ ਜੇਲ੍ਹਾਂ ਦੇ ਵਿੱਚ ਨਸ਼ਾ ਤਕਸੀਮ ਹੁੰਦਾ, ਕੋਈ ਸ਼ੱਕ ਨਹੀਂ ਹੁੰਦਾ ਜੀ ਜੀ, ਨਸ਼ਾ ਜਿਹੜਾ ਹੈਗਾ ਤਕਸੀਮ ਹੁੰਦਾ, ਜਿਹੜਾ ਨਸ਼ਾ ਉੱਥੇ ਜਾਂਦਾ ਹੈ ਉਹ ਨਸ਼ਾ ਉੱਪਰੋਂ ਨਹੀਂ ਡਿੱਗਦਾ, ਉਹ ਜਾਂਦਾ ਤਾਂ ਜੇਬਾਂ ਵਿੱਚ ਦੀ ਹੈ, ਜਾਂਦਾ ਸਟਾਫ ਦੇ ਵਿੱਚ ਦੀ ਹੈ। ਤੇ ਜਿਹੜੀ ਗੱਲ ਹੁਣ ਤੁਸੀਂ ਖਬਰ ਛੋਹੀ ਹੈ ਮਾਨਸਾ ਵਾਲੀ, ਮਾਨਸਾ ਦੇ ਵਿੱਚ ਵੀ ਅਜਿਹੀ ਕੁਛ ਹੋਇਆ ਸੀ, ਉੱਥੇ ਜਿਹੜੇ ਕੈਦੀ ਮੁਨਸ਼ੀਆਂ ਦੇ ਰੂਪ ਵਿੱਚ ਕੰਮ ਕਰਦੇ ਹੈ ਉਹਨਾਂ ਨੂੰ ਕਰਿੰਦੇ ਬਣਾਇਆ ਹੋਇਆ ਸੀ, ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚ ਬੰਦ ਹੈ ਉਹਨਾਂ ਨੂੰ ਨਸ਼ਾ ਪੱਤਾ ਕਿਵੇਂ ਦੇਣਾ, ਉਹਨਾਂ ਨੂੰ ਫੈਸਿਲਿਟੀਜ਼ ਕਿਵੇਂ ਦੇਣੀ ਹੈ, ਉਹਨਾਂ ਨੂੰ ਚੰਗੇ ਅੰਦਰ ਬੈਰਕ ਕਿਵੇਂ ਦੇਣੀ ਹੈ, ਇਹਦੇ ਵਾਸਤੇ ਸੌਦਾ ਪੱਤਾ ਪੂਰਾ ਹੁੰਦਾ ਸੀ, ਸੌਦੇਬਾਜ਼ੀ ਹੁੰਦੀ ਸੀ, ਪੈਸਾ ਹੁੰਦਾ ਸੀ, ਔਰ ਉੱਥੋਂ ਟੈਲੀਫੋਨ ਕੀਤਾ ਜਾਂਦਾ ਬੰਦੀ ਦੇ ਵਾਰਸਾਂ ਨੂੰ, ਉਹਨਾਂ ਤੋਂ ਗੱਲ ਕਰਵਾਉਂਦੇ ਕਿ ਪੈਸੇ ਦਿਓ ਜੀ, ਨਹੀਂ ਤਾਂ ਸਾਡੇ ਨਾਲ ਭੈੜੀ ਹੋਊਗੀ। ਵਾਰਸ ਪੈਸੇ ਲੈ ਕੇ ਆਉਂਦੇ, ਔਰ ਹਾਲਾਤ ਇੱਥੋਂ ਤੱਕ ਕਿ ਜੇਲ੍ਹ ਦਾ ਕੈਦੀ ਹੈ ਜਿਹੜਾ ਮੁਨਸ਼ੀ ਬਣਿਆ ਹੋਇਆ ਅੰਦਰ, ਉਹ ਨਾਲ ਇੱਕ ਅਸਿਸਟੈਂਟ ਸਟੂਡੈਂਟ ਨੂੰ ਲੈ ਕੇ ਬਾਹਰ ਆ ਜਾਂਦਾ ਵੀ ਲਓ ਜੀ ਆ ਪੈਸੇ ਦਿਓ ਸਾਨੂੰ, ਤੇ ਪੈਸੇ ਫੜਦਿਆਂ ਨੂੰ ਵਿਜੀਲੈਂਸ ਵਾਲਿਆਂ ਨੇ ਗ੍ਰਿਫਤਾਰ ਕਰ ਲਿਆ, ਉਹ ਜੇਲ੍ਹ ਤੋਂ ਬਾਹਰ ਗ੍ਰਿਫਤਾਰ ਕਰ ਲਿਆ, ਰੌਲਾ ਪੈ ਗਿਆ। ਉਸ ਵੇਲੇ ਤੋਂ ਡਿਪਟੀ ਸੁਪਰਡੈਂਟ ਭਗੌੜਾ ਹੋ ਗਿਆ,
ਸੁਪਰਡੈਂਟ ਆਪਦਾ ਆਰਾਮ ਨਾਲ ਬੈਠਾ ਰਿਹਾ, ਤਫਤੀਸ਼ ਮੁਕੰਮਲ ਕਰ ਲਈ ਅਤੇ ਤਫਤੀਸ਼ ਦੇ ਵਿੱਚ ਇਹ ਵੀ ਗੱਲਾਂ ਆ ਗਈਆਂ ਕਿ ਜੀ ਜਿਹੜੀਆਂ ਲਗਜ਼ਰੀ ਫੈਸਿਲਿਟੀਜ਼ ਹੈ ਉਹ ਪੈਸੇ ਦੇ ਲੈ ਲੈ ਕੇ ਮੁਹੱਈਆ ਕਰਵਾਈਆਂ ਜਾਂਦੀਆਂ ਸੀ। ਇਹਦੇ 'ਤੇ ਉਹਨਾਂ ਨੇ ਪਿਛਲੇ ਦਿਨਾਂ 'ਚ ਜੇਲ੍ਹ ਦਾ ਸੁਪਰਡੈਂਟ ਗ੍ਰਿਫਤਾਰ ਕਰ ਲਿਆ, ਉਹਦਾ ਰਿਮਾਂਡ ਲਿਆ, ਪੁੱਛਗਿੱਛ ਕੀਤੀ, ਸੁਪਰਡੈਂਟ ਸਾਹਿਬ ਨੂੰ ਪੇਸ਼ ਕੀਤਾ ਅਦਾਲਤ 'ਚ ਅਤੇ ਅਦਾਲਤ ਨੇ ਫਿਰ ਸੁਪਰਡੈਂਟ ਸਾਹਿਬ ਨੂੰ, ਕਿਉਂਕਿ ਮਾਨਸਾ ਜ਼ਿਲ੍ਹਾ ਜੇਲ੍ਹ ਹੈ, ਰੁਤਬਾ ਵੱਡਾ ਹੈ, ਉਹ ਕਹਿੰਦੇ ਜੀ ਇਹਨੂੰ ਸੈਂਟਰਲ ਜੇਲ੍ਹ ਭੇਜ ਦਿਓ, ਅਤੇ ਉਹ ਫਿਰ ਆਪਣੀ ਬਠਿੰਡਾ ਵਾਲੀ ਸੈਂਟਰਲ ਜੇਲ੍ਹ ਭੇਜਤਾ। ਹੁਣ ਉਹਨਾਂ ਦੇ ਡਿਪਟੀ ਹੈ ਜਿਹਨਾਂ ਨੂੰ ਆਪਾਂ ਡਿਪਟੀ ਜੇਲਰ ਕਹਿੰਦੇ ਨੇ, ਉਹ ਕਾਫੀ ਦੇਰ ਦਾ ਭੱਜਿਆ ਸੀ, ਲੁਕਿਆ ਲੁਕਿਆ ਫਿਰਦਾ ਸੀ। ਚਲੋ ਕਈ ਵਾਰੀ ਆਪਾਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਵੀ ਬੰਦੇ ਦਾ ਨਾਂ ਨਹੀਂ ਲੈ ਸਕਦੇ, ਰਿਸ਼ਤੇਦਾਰੀਆਂ ਚੰਗੀਆਂ ਮਾੜੀਆਂ ਹੋ ਜਾਂਦੀਆਂ, ਬੰਦੇ ਆ ਜਾਂਦੇ ਆ ਉੱਠ ਜਾਂਦੇ ਹੈ, ਉਹ ਕਹਿੰਦੇ ਹੁੰਦੇ ਨਾ ਮਾੜਾ ਜੰਮੇ ਤੇ ਨਾ ਮਾੜਾ ਆਵੇ। ਉਸ ਪਰਿਵਾਰ ਨਾਲ ਵੀ ਵਿਚਾਰੇ ਨਾਲ ਇਹੀ ਹੋਈ ਹੈ, ਅਕਾਲੀ ਪਰਿਵਾਰ ਹੈ, ਸੁੱਖ ਨਾਲ ਧਰਮ ਕਰਮ ਨਾਲ ਵੀ ਜੁੜਿਆ ਹੋਇਆ, ਗੁਰੂ ਘਰ ਦੀ ਸੇਵਾ ਕਰਨ ਵਾਲਾ ਜਿਹੜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰੀ ਦੀ ਬਖਸ਼ਿਸ਼ ਵੀ ਕੀਤੀ ਹੈ ਗੁਰੂ ਮਹਾਰਾਜ ਨੇ, ਉਹਨਾਂ ਦਾ ਜੀ ਉਹ ਰਿਸ਼ਤੇਦਾਰ ਨੇੜਲਾ, ਅਤੇ ਭਗੌੜਾ ਉਹ ਹੋ ਗਿਆ। ਸਵੇਰੇ ਮੈਂ ਖਬਰ ਪੜ੍ਹੀ, ਕਹਿੰਦੇ ਜੀ ਭਗੌੜਾ ਹੋ ਗਿਆ, ਪਹਿਲਾਂ ਫਿਰ ਉਹਨੇ ਅਚਨਚੇਤ ਆ ਕੇ ਆਤਮ ਸਮਰਪਣ ਕਰਤਾ, ਆਤਮ ਸਮਰਪਣ ਕਰਨ ਤੋਂ ਬਾਅਦ ਵਿਜੀਲੈਂਸ ਵਾਲੇ ਨੇ ਕੁਛ ਪੜਤਾਲ ਕੀਤੀ, ਅਤੇ ਜਿਹੜੀ ਉਹਦੀ ਆਫੀਸ਼ੀਅਲ ਅਲਮਾਰੀ ਸੀ ਜੇਲ੍ਹ ਦੇ ਵਿੱਚ, ਤੁਹਾਨੂੰ ਪਤਾ ਵੀ ਦਫ਼ਤਰ ਹੁੰਦੇ ਇਹਨਾਂ ਦੇ, ਵੱਡੇ ਵੱਡੇ ਦਫ਼ਤਰ ਹੁੰਦੇ, ਆਫੀਸ਼ੀਅਲ ਅਲਮਾਰੀ ਦੀ ਜਦੋਂ ਤਲਾਸ਼ੀ ਲਈ ਵਿਜੀਲੈਂਸ ਵਾਲਿਆਂ ਨੇ ਕੱਲ੍ਹ ਜਾ ਕੇ, ਅਤੇ ਜਿਹੜਾ ਫਿਰ ਉੱਥੋਂ ਮਟੀਰੀਅਲ ਮਿਲਿਆ ਜੀ, ਉਹ ਲੱਖੇ ਸਿਧਾਨੇ ਦੀ ਗੱਲ ਦੀ ਪੁਸ਼ਟੀ ਕਰਦਾ। ਅੱਛਾ ਜੀ, ਲਓ ਜੀ, ਕਹਿੰਦੇ ਡਿਪਟੀ ਸੁਪਰਡੈਂਟ ਦੀ ਅਲਮਾਰੀ ਦੇ ਵਿੱਚ 29 ਬੰਡਲ ਤਾਂ ਬੀੜੀਆਂ ਦੇ ਮਿਲੇ, ਕਾਫੀ ਸਾਰੀਆਂ ਗੋਲੀਆਂ ਵੀ ਮਿਲ ਗਈਆਂ ਨਸ਼ੀਲੀਆਂ, 22 ਮੋਬਾਈਲ ਮਿਲ ਗਏ, ਮੋਬਾਈਲ ਫੋਨ ਜਿਹਨੂੰ ਆਪਾਂ ਸੈਲਫ ਫੋਨ ਕਹਿੰਦੇ ਨੇ, ਅਤੇ 17 ਮਿਲ ਗਏ ਜੀ ਉਹਨਾਂ ਦੇ ਸਿਮ, ਇਹ ਬਰਾਮਦ ਕਰ ਲਏ ਵਿਜੀਲੈਂਸ ਨੇ, ਬਕਾਇਦਾ ਫਰਦ ਬਰਾਮਦਗੀ ਤਿਆਰ ਕਰ ਲਈ ਉਹਨਾਂ ਨੇ ਕਿ ਇੰਨਾ ਕੁਛ ਇਹ ਤੋਂ ਮਿਲੇ। ਇਹ ਤਾਂ ਉਹ ਹੈ ਜਿਹੜਾ ਉਹਦੇ ਗੈਰ ਮੌਜੂਦਗੀ ਦੇ ਵਿੱਚ ਵਿੱਚ ਉੱਥੇ ਹੀ ਪਿਆ ਸੀ, ਅਤੇ ਜਿਹੜਾ ਉਹਨੇ ਸਪਲਾਈ ਸਪਲੂਈ ਕੀਤਾ ਸੀ, ਪਤਾ ਨਹੀਂ ਉਹ ਕਿੰਨਾ ਕੀ ਕੁਛ ਕੀਤਾ ਸੀ। ਅੰਦਾਜ਼ਾ ਲਾ ਲਓ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਦੋਨੇ ਪੱਖੀ ਹੈ, ਇੱਕ ਪ੍ਰੈਸ਼ਰ ਥੱਲੇ ਹੈ ਬੰਦੇ ਕਿ ਜਿਹੜੇ ਕੰਮ ਕਰਨ ਵਾਲੇ, ਇੱਕ ਉਹ ਹੈ ਜਿਹੜੇ ਮਤਲਬ ਆਪਣੀ ਡਿਊਟੀ ਨਿਭਾਉਣ ਦੀ ਬਜਾਏ ਉਹਦੇ ਵਿੱਚੋਂ ਵੀ ਕਮਾਈ ਕਰਦੇ ਹੈ, ਔਰ ਇਹ ਜਿਹੜੀ ਇਸ ਕਿਸਮ ਦੀਆਂ ਗੰਦੀਆਂ ਭੇਡਾਂ ਹੈ, ਇਹ ਗੰਦੀਆਂ ਭੇਡਾਂ ਚੰਗੇ ਬੰਦਿਆਂ ਨੂੰ ਜਿਹਨਾਂ ਨੇ ਇਮਾਨਦਾਰੀ ਨਾਲ ਨੌਕਰੀ ਕਰਨੀ ਹੈ ਉਹਨਾਂ ਨੂੰ ਫਿਰ ਤੰਗ ਪਰੇਸ਼ਾਨ ਵੀ ਕਰਾਉਂਦੇ, ਬੰਦਗਾਂ ਤੋਂ ਕਹਿ ਦਈਏ ਤੂੰ ਤੰਗ ਪਰੇਸ਼ਾਨ ਕਰਾਉਂਦੇ ਹੈ। ਔਰ ਸਾਡੀ ਜੇਲ੍ਹ ਜਿਹੜੀ ਪਹਿਲਾਂ ਬਿਲਕੁਲ ਬਠਿੰਡਾ ਸ਼ਹਿਰ ਦੇ ਵਿੱਚ ਹੁੰਦੀ ਸੀ, ਹੁਣ ਇੱਥੋਂ ਕੱਢ ਕੇ 15 ਕਿਲੋਮੀਟਰ ਦੂਰ ਭੇਜਤੀ ਜੀ ਗੋਬਿੰਦਪੁਰੇ, ਉੱਥੇ ਕੁਆਟਰ ਵੀ ਬਣੇ ਹੋਏ ਆ, ਵੱਡੇ ਵੱਡੇ ਰਹਿੰਦੇ ਨੇ ਲੋਕ। ਇੱਕ ਦੋ ਬੰਦੇ ਨੂੰ ਮੈਂ ਪੁੱਛਿਆ ਵੀ ਤੁਸੀਂ ਰਹਿੰਦੇ ਨਹੀਂ, ਕਹਿੰਦੇ ਜੀ ਕੀ ਕਰੀਏ ਦੂਰ ਦੁਰਾਡੇ, ਹੁਣ ਬੱਚਿਆਂ ਨੂੰ ਕਿਵੇਂ ਪੜ੍ਹਾਈਏ। ਮੈਂ ਕਿਹਾ ਵੀ ਕੀ ਗੱਲ, ਕਹਿੰਦੇ ਬੱਚਿਆਂ ਨੂੰ ਬੱਸਾਂ 'ਤੇ ਭੇਜਾਂਗੇ, ਕਾਸੇ 'ਤੇ ਭੇਜਾਂਗੇ, ਜਿਸ ਕਿਸਮ ਦੇ ਲੋਕਾਂ ਨਾਲ ਸਾਡਾ ਵਾਹ ਵਾਸਤਾ ਪੈਂਦਾ ਹੈ, ਧਮਕੀਆਂ ਦਿੰਦੇ ਹੈ, ਔਰ ਉਹਨਾਂ ਦਾ ਨੈੱਟਵਰਕ ਜਿੰਨਾ ਅੰਦਰ ਹੈ ਉਦੋਂ ਵੱਡਾ ਬਾਹਰ ਹੈ, ਜਾਨ ਵੀ ਆਪਦੀ ਬਚਾਉਣੀ ਹੈ। ਸੋ ਇਸ ਕਿਸਮ ਦੀਆਂ ਪੰਜਾਬ ਦੀਆਂ ਜੇਲ੍ਹਾਂ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਵੀ ਬੰਦਗਾਂ ਵਾਸਤੇ ਤਾਂ ਨਰਕ ਹੈ ਹੀ ਹੈ, ਜਿਹੜੇ ਬਦਮਾਸ਼ ਆ ਉਹਨਾਂ ਵਾਸਤੇ ਸਵਰਗ ਹੈ, ਲੇਕਿਨ ਜਿਹੜੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਕਰਮਚਾਰੀ ਹੈ ਉਹਨਾਂ ਵਾਸਤੇ ਵੀ ਨਰਕ ਹੀ ਨਰਕ ਹੈ, ਇਮਾਨਦਾਰੀ ਵਾਲੇ ਲਈ ਤਾਂ ਬੜਾ ਵੱਡਾ ਨਰਕ। ਹਾਂਜੀ ਹਾਂਜੀ, ਵੈਸੇ ਵੇਖਿਆ ਜਾਵੇ ਢਿੱਲੋ ਸਾਹਿਬ, ਕਈ ਵਾਰੀ ਇੱਕ ਆਪਣੇ ਭਾਈਚਾਰੇ ਪੱਤਰਕਾਰ ਭਾਈਚਾਰਾ ਦਾ ਕੋਈ ਵਿਪਤਾ ਪੈ ਗਈ ਸੀ, ਉਹ ਜਦੋਂ ਉਹ ਕਹਿੰਦੇ ਨਾ ਵੀ ਚੱਕੀਆਂ ਚ ਲਾਤਾ ਜੀ, ਅੱਗੇ ਫਾਂਸੀ ਚੱਕੀਆਂ ਚ ਉਹਨੂੰ ਬੰਦ ਕਰਤਾ, ਉਹ ਰੌਲਾ ਪੈ ਗਿਆ। ਉਹ ਦਵਾਈ ਤਾਂ ਬੜੀ ਉਹ ਮਿਹਨਤ ਕਰਕੇ ਸੀਗਾ ਵੀ ਚੁੱਪ ਚਾਪ ਜਿਹੜਾ ਭਾਈ ਫਾਂਸੀ ਚੱਕੀਆਂ ਚ ਰੱਖ ਦੇ ਆਰਾਮ ਨਾਲ ਰਹਿ ਪਊਗਾ, ਰੌਲਾ ਪੈ ਗਿਆ। ਫਾਂਸੀ ਚੱਕੀਆਂ ਦਾ ਵੀ ਕਹਿੰਦੇ ਢਿੱਲੋ ਸਾਹਿਬ ਬੜਾ ਮਹਿੰਗਾ ਕਿਰਾਇਆ ਹੁੰਦਾ, ਕਹਿੰਦੇ ਇਹਦਾ 1,00,000 ਰੁਪਏ ਮਹੀਨੇ ਤੱਕ ਕਿਰਾਇਆ ਜਾ ਵੜਦਾ, ਕਹਿੰਦੇ ਚੰਗਾ ਬੰਦਾ ਜਦੋਂ ਅੰਦਰ ਜਾ ਵੜੇ। ਜਿਹੜੀਆਂ ਪੁਰਾਣੀਆਂ ਜੇਲ੍ਹਾਂ 'ਚ ਹੈਗੀਆਂ, ਨਵੀਆਂ ਤਾਂ ਹੈ ਨਹੀਂ ਮੈਨੂੰ ਲੱਗਦਾ, ਬੈਰਕਾਂ ਹੀ ਬੈਰਕਾਂ ਨੇ, ਫਾਂਸੀ ਚੱਕੀਆਂ ਤਾਂ ਪੁਰਾਣੀਆਂ 'ਚ ਹੀ ਹੈ। ਨਹੀਂ, ਫਾਂਸੀ ਚੱਕੀਆਂ ਬਣਾ ਤਾਂ ਨਵੀਆਂ 'ਚ ਵੀ ਦਿੱਤੀਆਂ ਇਹਨਾਂ ਨੇ, ਬਣਾਉਣੀਆਂ ਪੈਂਦੀਆਂ, ਉਹ ਤਾਂ ਇਹਨਾਂ ਸਿਸਟਮ ਦਾ ਹਿੱਸਾ ਹੈ ਵੀ ਜਿਹਨੂੰ ਫਾਂਸੀ ਲੱਗ ਗਿਆ ਥੋੜ੍ਹਾ ਉਹਨੂੰ ਫਿਰ
ਆਈਸੋਲੇਸ਼ਨ ਚ ਰੱਖਣਾ ਪੈਂਦਾ। ਪਰ ਜਿਹੜੀਆਂ ਪੁਰਾਣੀਆਂ ਫਾਂਸੀ ਕੋਠੀਆਂ ਨਾ, ਉਹ ਫਾਂਸੀ ਕੋਠੀਆਂ ਤਾਂ ਜਿਵੇਂ ਕਹਿੰਦੇ ਹੁੰਦੇ ਨਾ ਵੀ ਉਹ ਕਿਸੇ ਜ਼ਮਾਨੇ 'ਚ ਤਾਂ ਜਿਹੜੇ ਉੱਥੇ ਰਹੇ ਹੋਣਗੇ ਉਹ ਸਭ ਬੇਚਾਰੇ ਉਹਨਾਂ ਦਾ ਵਾਸਤੇ ਮਿੰਟ ਮਿੰਟ ਪਾਉਣਾ ਵੀ ਮੁਸ਼ਕਿਲ ਹੁੰਦਾ ਵੀ ਹੁਣ ਵੀ ਮਰੇ ਹੁਣ ਵੀ ਮਰੇ, ਪਰ ਟਾਈਮ ਆਉਂਦਾ। ਲੇਕਿਨ ਬਾਅਦ ਦੇ ਵਿੱਚ ਜਿਹੜੇ ਛੋਟੀਆਂ ਕੈਦਾਂ ਵਾਲੇ ਬੰਦੇ ਹੈ ਜਿਨ੍ਹਾਂ ਨੇ ਉੱਥੇ ਅੰਦਰ ਆਪਦਾ ਨਸ਼ਾ ਪੱਤਾ ਵੀ ਕਰਨਾ, ਟੈਲੀਫੋਨ ਵੀ ਕਰਨੇ ਆ, ਉਹਨਾਂ ਨੇ ਆਪਦਾ ਸਾਰਾ ਗੱਲਾਂ ਬਾਤਾਂ ਵੀ ਕਰਨੀਆਂ ਘਰਦਿਆਂ ਨਾਲ, ਉਹ ਉਹਨਾਂ ਲਈ ਤਾਂ ਉਹ ਇੱਕ ਕਿਸਮ ਦੀਆਂ ਬਹਿਸਤ ਬਣੀਆਂ ਹੋਈਆਂ, ਸੁਰਗ ਬਣੀਆਂ ਹੋਈਆਂ, ਔਰ ਉਹਨਾਂ ਦੇ ਮੋਟੇ ਪੈਸੇ ਚੱਲਦੇ ਆ। ਪੈਸੇ ਲਏ ਤੋਂ ਬਗੈਰ ਤਾਂ ਕਿਸੇ ਨੂੰ ਅਲਾਊਡ ਹੀ ਨਹੀਂ ਹੁੰਦੇ। ਸਿਫਾਰਿਸ਼ਾਂ ਕਰਾਉਂਦੇ ਆ ਕੈਦੀ ਕਿ ਯਾਰ ਤੁਸੀਂ ਕਹੋ ਸਾਨੂੰ ਜਿਹੜੀਆਂ ਫਾਂਸੀ ਕੋਠੀਆਂ ਅਲੋਟ ਹੋ ਜਾਣ। ਫਾਂਸੀ ਕੋਠੀਆਂ ਕਿਸੇ ਜ਼ਮਾਨੇ ਚੱਕੀ ਦੀ ਗੱਲ ਹੁੰਦੀ ਸੀ, ਚੱਕੀ ਦੀ ਗੱਲ, ਚੱਕੀ ਆਈਸੋਲੇਸ਼ਨ ਦੇ ਵਿੱਚ ਹੁੰਦੀ ਸੀ, ਤੇ ਹੁਣ ਚੱਕੀ ਸਿਫਾਰਿਸ਼ਾਂ ਨਾਲ ਕੀ ਪੈਸੇ ਨਾਲ ਵੀ ਨਹੀਂ ਮਿਲਦੀ। ਬਹੁਤ ਬੁਰਾ ਹਾਲ ਹੋਇਆ ਪਿਆ।